ਰਿਸਪੈਕਟਡ ਟੀਚਰਸ ਮੇਰੇ ਪਿਆਰੇ ਬੱਚਿਓ ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਬਤੌਰ ਕਾਰਜਕਾਰੀ ਇੰਜੀਨੀਅਰ ਕੰਮ ਕਰ ਰਹੀ ਹਾਂ ਤੇ ਮੈਂ ਆਪ ਸਭ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਦਿੰਨੀ ਆ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ ਉਹਨਾਂ ਦੇ ਐਜੂਸੈਟ ਸਿਸਟਮ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਤੁਹਾਡੇ ਸਾਰੇ ਬੱਚਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਮੈਂ ਅੱਜ ਤੁਹਾਨੂੰ ਪਾਣੀ ਦੀ ਗੁਣਵੱਤਾ ਉਹਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਟੈਸਟਿੰਗ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੀ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੈਕਚਰ ਸੁਣ ਕੇ ਅੱਛਾ ਲੱਗੇਗਾ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਵੇਗਾ। ਸਭ ਤੋਂ ਪਹਿਲਾਂ ਮੈਂ ਗੁਰਬਾਣੀ ਤੋਂ ਸ਼ੁਰੂ ਕਰਦੀ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਇਸ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਕਰਕੇ ਹੀ ਧਰਤੀ ਤੇ ਜੀਵਨ ਪਾਇਆ ਜਾਂਦਾ ਹੈ। ਪਾਣੀ ਸਾਡੇ ਜੀਵਨ ਦੀ ਮੁਢਲੀਆਂ ਜ਼ਰੂਰਤਾਂ ਵਿੱਚੋਂ ਇੱਕ অতি ਜ਼ਰੂਰੀ ਤਰਲ ਪਦਾਰਥ ਹੈ ਜਿਸ ਨੂੰ ਬਿਨਾਂ ਕੋਈ ਵੀ ਪਾਣੀ ਜੀਵਿਤ ਨਹੀਂ ਰਹਿ ਸਕਦਾ ਤੇ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਪਾਣੀ ਦੀ ਬਹੁਤ ਬਹੁਤ ਮਹੱਤਤਾ ਹੈ ਤੇ ਹੁਣ ਮੈਂ ਆਪਣਾ ਥੋੜਾ ਜਿਹਾ ਲੈਕਚਰ ਤੁਹਾਨੂੰ ਦਵਾਂਗੀ ਤੇ ਉਮੀਦ ਕਰਦੀਆਂ ਕਿ ਤੁਸੀਂ ਇਸ ਨੂੰ ਬਹੁਤ ਹੀ ਧਿਆਨ ਨਾਲ ਸੁਣੋਗੇ ਪੀਣ ਵਾਲੇ ਪਾਣੀ ਵਿੱਚ ਧਿਆਨ ਦੇਣ ਯੋਗ ਗੱਲਾਂ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਧਿਆਨ ਦੇਣ ਦੇ ਯੋਗ ਗੱਲਾਂ ਹੋਣਗੀਆਂ ਉਹ ਹੈ ਕਿ ਪਾਣੀ ਸਾਫ਼ निर्मल ਅਤੇ ਰੰਗ ਰਹਿਤ ਹੋਵੇ ਪਾਣੀ ਖਾਰਾ ਨਾ ਹੋਵੇ ਪਾਣੀ ਬੇਸਵਾਦਾ ਅਤੇ ਬਦਬਦਾਰ ਨਾ ਹੋਵੇ ਪਾਣੀ ਬਿਮਾਰੀ ਪੈਦਾ ਕਰਨ ਵਾਲੇ ਕਿਟਾਨੂਆਂ ਤੋਂ ਮੁਕਤ ਹੋਵੇ ਪਾਣੀ ਅਜਿਹੇ ਮਿਸ਼ਰਣ ਤੋਂ ਰਹਿਤ ਹੋਵੇ ਜੋ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੇ ਹਨ ਪਾਣੀ ਰੋਗਾਨੂ ਪਦਾਰਥ ਤੋਂ ਮੁਕਤ ਹੋਵੇ ਨੀਤੀਯੋਗ ਦੀ ਇੱਕ ਜੜੀ ਸੀਡਬਲਿਊ ਐਮ ਆਈਈ ਰਿਪੋਰਟ ਹੈ 2018 ਦੀ ਵਿੱਚ ਉਸ ਵਿੱਚ ਵੀ ਦੱਸਿਆ ਗਿਆ ਹੈ ਕਿ ਲਗਭਗ 2 ਲੱਖ ਲੋਕ ਸੁਰੱਖਿਅਤ ਪਾਣੀ ਪੀਣ ਨਾ ਪੀਣ ਕਾਰਨ ਮਰਦੇ ਹਨ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਫ਼ ਅਤੇ ਸੁਥਰਾ ਪਾਣੀ ਪੀਏ ਪਾਣੀ ਦੀ ਜਿਹੜੀ ਮੈਸਿਕ ਮਾਪਦੰਡ ਜੇ ਅਸੀਂ ਕਰਦੇ ਹਾਂ ਤੇ ਉਹ ਦੋ ਭਾਗਾਂ ਵਿੱਚ ਕੀਤੀ ਜਾਂਦੀ ਹੈ ਪਾਣੀ ਵਿੱਚ ਮੌਜੂਦ ਹਾਨੀਕਾਰਕ ਜੀਵਾਣੂ ਜਾਂ ਪਾਣੀ ਵਿੱਚ ਮੌਜੂਦ ਰਸਾਇਣਿਕ ਪਦਾਰਥ ਮੈਂ ਤੁਹਾਨੂੰ ਇਹਦੇ ਵਿੱਚ ਥੋੜਾ ਜਿਹਾ ਵਿਸਤਾਰਪੂਰਵਕ ਦੱਸਾਂਗੀ ਤਾਂ ਕਿ ਤੁਸੀਂ ਪਾਣੀ ਜਿਹੜਾ ਪੀ ਰਹੇ ਹੋ ਉਹਦੀ ਪਛਾਣ ਕਰ ਸਕੋ ਜਿਹਦੇ ਪਾਣੀ ਜਿਹੜਾ ਹਾਨੀਕਾਰਕ ਜੀਵਾਣੂ ਜਿਹੜਾ ਮੈਂ ਕਹਿਣਾ ਚਾ ਰਹੀ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹਨੂੰ ਜਿਹੜਾ ਪਾਣੀ ਜੀਵਾਣੂ ਵਾਲਾ ਹੈ ਉਹਦੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਵਾਟਰ ਬੋਰਨ ਜਿਹਦੇ ਨਾਲ ਕਿ ਜਿਹੜੀਆਂ ਕੀਟਾਣੂ ਜਿਹੜੇ ਆ ਪਾਣੀ ਵਿੱਚ ਮੌਜੂਦ ਹੋਣ ਅਤੇ ਅਸੀਂ ਉਹਨੂੰ ਪਾਣੀ ਨੂੰ ਪੀ ਲਈਏ ਵਾਟਰ ਸ਼ੈਡ ਜਦੋਂ ਪਾਣੀ ਦੀ ਘਾਟ ਹੁੰਦੀ ਹੈ ਸਰੀਰ ਵਿੱਚ ਉਸ ਦੇ ਨਾਲ ਜਿਹੜੇ ਰੋਗ ਉਤਪੰਨ ਹੁੰਦੇ ਹਨ ਇੱਕ ਹੁੰਦੀ ਹੈ ਵਾਟਰ ਬੇਸਡ ਜਦੋਂ ਪਾਣੀ ਵਿੱਚ ਬਿਮਾਰੀ ਫੈਲਾਉਣ ਵਾਲੇ ਜੀਵ ਰਹਿੰਦੇ ਹੋਣ ਇੱਕ ਹੁੰਦੀ ਹੈ ਵਾਟਰ ਰਿਲੇਟਡ ਪਾਣੀ ਨਾਲ ਸੰਬੰਧਿਤ ਬਿਮਾਰੀਆਂ ਇਸ ਨੂੰ ਹਮੇਸ਼ਾ ਯਾਦ ਰੱਖਣਾ ਇਹ ਥੋੜਾ ਚਾਰਟ ਹੈ ਤੁਸੀਂ ਦੇਖ ਲਓ ਸਾਰੇ ਪਾਣੀ ਦੇ ਰੋਗ ਜਿਹੜੇ ਹੁੰਦੇ ਆ ਜੀਵਾਣੂਆਂ ਨਾਲ ਕਿਵੇਂ ਹੁੰਦੇ ਆ ਪ੍ਰੋਟੋਜ਼ੋਆ ਮੋਬਾਈਲ ਤੇ ਤੁਹਾਡਾ ਬੈਕਟੀਰੀਆ ਹੋ ਗਿਆ ਮਿਆਦੀ ਬੁਖਾਰ ਹੋ ਗਿਆ ਹੈਜ਼ਾ ਹੋ ਗਿਆ ਤੁਸੀਂ ਸਾਰਿਆਂ ਨੇ ਨਾਮ ਵੀ ਸੁਨੇ ਹੋਨੇ ਹੈਪਟਾਈਟਸ E ਹੈਪਟਾਈਟਸ A ਪੋਲੀਓ ਵਾਇਰਸ ਸੁੰਡੀਆਂ ਗੋਲ ਕੀੜੇ ਇਹ ਸਾਰੇ ਤੁਸੀਂ ਸੁਨੇ ਹੋਨੇ ਨਾਮ ਤੇ ਪਾਣੀ ਦੀ ਘਾਟ ਕੀ ਹੁੰਦੀ ਹੈ ਜਦੋਂ ਪਾਣੀ ਜਿਹੜੀ ਆਪਣੀ ਬਾਡੀ ਚ ਘਟ ਜਾਂਦਾ ਜਿਵੇਂ ਚਮੜੀ ਦੇ ਰੋਗ ਹੋ ਗਏ ਉਹ ਬਹੁਤ ਜ਼ਰੂਰੀ ਹੈ ਉਹਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਪਾਣੀ ਵਿੱਚ ਰਹਿੰਦੇ ਜੀਵਾ ਜਿਵੇਂ ਗਿੰਨੀ ਵਾਇਰਸ ਇਹ ਵਾਲੇ ਹੋ ਗਏ ਫਿਰ ਪਾਣੀ ਨਾਲ ਸੰਬੰਧਿਤ ਹੋ ਗਿਆ ਤੁਹਾਡਾ ਮਲੇਰੀਆ ਡੇਂਗੂ ਮਲੇਰੀਆ ਡੇਂਗੂ ਬਾਰੇ ਵੀ ਤੁਸੀਂ ਬਹੁਤ ਜ਼ਿਆਦਾ ਜਾਣਕਾਰੀ ਲੈ ਵੀ ਰਹੇ ਹੋਗੇ ਇਸ ਟਾਈਮ ਜਿਵੇਂ ਤੁਸੀਂ ਇਸ ਨੂੰ ਦੇਖੋਗੇ ਕਿ ਹੈਜ਼ਾ ਹੈਗਾ ਹੈਜ਼ੇ ਦੇ ਕੀ ਲੱਛਣ ਹੁੰਦੇ ਆ ਪਾਣੀ ਵਰਗੀਆਂ ਟੁੱਟੀਆਂ ਸ਼ਰੀਰ ਟੁੱਟੀਆਂ ਆਣੀਆਂ ਸ਼ਰੀਰ ਦੇ ਪੱਠਿਆਂ ਦਾ ਅਕਰਨਾ ਪਾਣੀ ਦੀ ਕਮੀ ਔਰ ਇਹਨੂੰ ਕਿਵੇਂ ਆਪਾਂ ਰੋਕ ਸਕਦੇ ਆ ਪਾਣੀ ਨੂੰ ਉਬਾਲ ਕੇ ਪੀਓ ਟੱਟੀ ਪਿਸ਼ਾ ਦਾ ਟੁਕਵਾ ਨਿਕਾਸ ਕਰੋ ਕਿਉਂਕਿ ਜਿਹੜੇ ਅਗਵਾ ਪਾਣੀ ਨੂੰ ਉਬਾਲ ਕੇ ਨਹੀਂ ਪੀਰਿਓ ਉਹਦੇ ਨਾਲ ਵੀ ਕਈ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਪਾਣੀ ਦੀ ਘੱਟ ਤੋਂ ਘੱਟ ਜਿਹੜਾ ਹੈਗਾ 56 ਡਿਗਰੀ ਤਾਪਮਨ ਤੇ ਅੱਧਾ ਘੰਟਾ ਉਬਾਲੋ 6 ਮਿਲੀਗ੍ਰਾਮ ਪ੍ਰਤੀ ਲੀਟਰ ਬਲੀਚਿੰਗ ਪਾਊਡਰ ਪਾਉਣ ਨਾਲ ਵੀ ਇਸ ਦੇ ਘਟਾ ਨੂੰ ਮਾਰ ਸਕਦੇ ਹਨ ਇਸ ਨੂੰ ਨੋਟ ਕਰ ਲਓ ਬੱਚੋ ਤਾਂ ਕਿ ਇਹ ਜਿਹੜੀ ਅਗਰ ਕੋਈ ਪ੍ਰੋਬਲਮਸ ਹੁੰਦੀਆਂ ਕਿਤੇ ਵੀ ਤੁਸੀਂ ਨੋਟ ਕਰਦੇ ਹੋ ਆਪਣੇ ਪਿੰਡਾਂ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਜਿਹੜੇ ਤੁਹਾਡੇ ਜਾਣਕਾਰ ਹੈਗੇ ਆ ਤਾਂ ਤੁਸੀਂ ਉਹਨਾਂ ਨੂੰ ਗਾਈਡ ਵੀ ਕਰ ਸਕਦੇ ਹੋ ਮਿਆਦੀ ਬੁਖਾਰ ਹੁੰਦਾ ਜਿਹਨੂੰ ਆਪਾਂ ਸਿਫੀ ਟਾਈਫਾਇਡ ਵੀ ਕਹਿੰਦੇ ਆ ਇਹਦਾ ਮੁੱਖ ਕਾਰਨ ਕੀ ਹੈ ਫੈਲਣ ਦਾ ਗੰਦਾ ਪਾਣੀ ਬਿਮਾਰ ਮਰੀਜ਼ ਦਾ ਟੱਟੀ ਪਿਸ਼ਾਬ ਕਿਉਂਕਿ ਇਹ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਮੈਂ ਦੱਸ ਰਹੀ ਆ ਇਹ ਜਿਹੜੀਆਂ ਛੋਟੇ ਛੋਟੇ ਗੱਲਾਂ ਆ ਆਪਾਂ ਸੋਚਦੇ ਆ ਕਿ ਜ਼ਿੰਦਗੀ ਦੇ ਵਿੱਚ ਇਹਦੀ ਕੋਈ ਅਹਿਮੀਅਤ ਨਹੀਂ ਹੈ ਪਾਣੀ ਪੀ ਲਿਆ ਠੀਕ ਹੈ ਪਰ ਪਾਣੀ ਦਾ ਦੇਖ ਕੇ ਕਿ ਪਾਣੀ ਦਾ ਪਾਂਡਾ ਸਾਫ਼ ਹੈ ਤੁਹਾਡਾ ਕਿ ਨਹੀਂ ਹੈਗਾ ਪਾਣੀ ਤੁਸੀਂ ਕਿੱਥੋਂ ਪੀ ਰਹੇ ਹੋ ਉਹਦਾ ਕਿੱਥੇ ਸੋਰਸ ਹੈ ਇਹ ਸਾਰੀ ਚੀਜ਼ਾਂ ਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਧਿਆਨ ਦੇ ਸਕਦੇ ਹੋ ਇਹਦੇ ਲੱਛਣ ਕੀ ਹੁੰਦੇ ਆ ਬੁਖਾਰ ਹੋ ਗਿਆ ਸਿਰ ਦਰਦ ਹੁੰਦਾ ਚਮੜੀ ਉੱਤੇ ਚਟਾਕ ਰੋਗਧੰਮ ਕਿਵੇਂ ਕਰ ਸਕਦੇ ਹੋ ਸਫਾਈ ਰੱਖਣੀ ਸਾਫ਼ ਅਤੇ ਸ਼ੁੱਧ ਪਾਣੀ ਅਤੇ ਪੋਜਾਂ ਦਾ ਪ੍ਰਯੋਗ ਕਰਨਾ ਮਿਆਦੀ ਬੁਖਾਰ ਦੇ ਕਿਟਾਨੂਆਂ ਨੂੰ ਮਾਰਨ ਦਾ ਕੀ ਉਪਾਏ ਕਰ ਸਕਦੇ ਹਾਂ ਅਸੀਂ ਕਿਟਾਨੂ ਮਾਰਨ ਦੇ ਵਿੱਚ ਨਹੀਂ ਫੈਲਦਾ ਉਹਨਾਂ ਵਿੱਚੋਂ ਕਾਫੀ 48 ਘੰਟੇ ਦੇ ਅੰਤਰੰਦਰ ਮਰ ਜਾਂਦੇ ਹਨ ਪਰ ਕੁਝ ਜਿਹੜੇ ਕਿਟਾਨੂ ਇਹਨਾਂ ਦੇ ਹੁੰਦੇ ਆ 7 ਦਿਨ ਤੱਕ ਜੀ ਰਹਿੰਦੇ ਹਨ ਇਸ ਲਈ ਜਿਹੜਾ ਪਾਣੀ ਮਿਲਿਆ ਉਹਨੂੰ 70 ਦਿਨ ਤੱਕ ਜਿਉਂਦੇ ਰਹਿ ਸਕਦੇ ਹਨ ਸੀਵਰ ਦੇ ਪਾਣੀ ਨਾਲ ਪੈਦਾ ਹੁੰਦੇ ਹਨ ਸਬਜ਼ੀਆਂ ਨਾਲ ਵੀ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਜੜੀਆਂ ਵੀ ਤੁਸੀਂ ਸਬਜ਼ੀਆਂ ਵੀ ਘਰ ਚ ਆਉਂਦੀਆਂ ਹਨ ਆਪਣੇ ਪੇਰੈਂਟਸ ਨੂੰ ਕਹਿ ਸਕਦੇ ਹੋ ਮਦਰਸ ਨੂੰ ਕਹਿ ਸਕਦੇ ਹੋ ਕਿ ਹਮੇਸ਼ਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਫੇਰ ਹੀ ਉਹਨੂੰ ਇਸਤੇਮਾਲ ਵਿੱਚ ਲਿਆਂਦਾ ਜਾਵੇ ਇਹਨਾਂ ਦੀ ਕੁਝ ਹੋਰ ਜਿਵੇਂ ਤੁਹਾਨੂੰ ਦੱਸਿਆ ਟੱਟੀ ਉਲਟੀਆਂ ਪਹਿਲਾਂ ਵੀ ਦੱਸਤਾ ਉਸੇ ਤਰ੍ਹਾਂ ਆਪਣੇ ਬਰਤਨ ਸਾਫ਼ ਰੱਖੋ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਟੱਟੀ ਪਿਸ਼ਾਬ ਦਾ ਟੁਕਮਾ ਨਿਵਕਾਸ ਕਰੋ ਕੂੜੇ ਅਤੇ ਗੰਦੇ ਪਾਣੀ ਦੇ ਨਿਕਾਸ ਟੁਕਵੀ ਟੰਗ ਨਾਲ ਕਰੋ ਉਹਨਾਂਗੇ ਵਾਇਰਸ ਕੀ ਹੁੰਦਾ ਹੈ ਪੋਲੀਓ ਹੈਪਾਟਾਈਟਸ A ਹੈਪਾਟਾਈਟਸ E ਹੈ ਕੀ ਹੁੰਦਾ ਹੈ ਕਿ ਜਿਹੜਾ ਪੋਲੀਓ ਹੈ ਹੁਣ ਤਾਂ ਤੁਹਾਨੂੰ ਪਤਾ ਹੋਣਾ ਕਿ ਆਪਣਾ ਜਿਹੜਾ 2014 ਦੇ ਵਿੱਚ World Health Organization ਨੇ ਭਾਰਤ ਨੂੰ ਪੋਲੀਓ ਫ੍ਰੀ ਸਰਟੀਫਿਕੇਸ਼ਨ ਦੇ ਦਿੱਤੀ ਹੈ ਪਰ ਫਿਰ ਵੀ ਆਪਾਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਹੁੰਦਾ ਹੈ ਕਿਉਂਕਿ ਇਹ ਵਾਇਰਸ ਦੀਆਂ ਬਿਮਾਰੀਆਂ ਹਨ ਹੈਪਾਟਾਈਟਸ A ਕੀ ਹੁੰਦਾ ਹੈ ਇਸ ਰੋਗ ਵਿੱਚ ਰੋਗੀ ਦਾ ਜਿਗਰ ਖਰਾਬ ਹੋ ਜਾਂਦਾ ਹੈ ਤੇ ਉਸ ਵਿੱਚ ਸੋਜਾ ਪੈ ਜਾਂਦਾ ਹੈ ਵਿਅਕਤੀ ਦਾ ਜਿਗਰ ਭੋਜਨ ਨੂੰ ਹਜਮ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਬਿਮਾਰਨਾ ਜਿਗਰ ਖਰਾਬ ਹੋਣ ਕਾਰਨ ਕਈ ਵਾਰੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਹਦੇ ਕੀ ਕਾਰਨ ਨੇ? ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ। ਮੈਂ ਤੁਸੀਂ ਸੋਚੋਗੇ ਕਿ ਆਪਾਂ ਤਾਂ ਪਾਣੀ ਦੀ ਗੱਲ ਕਰ ਰਹੇ ਹਾਂ, ਮੈਡਮ ਬਿਮਾਰੀ ਦੀ ਗੱਲਾਂ ਦੱਸ ਰਹੀ ਹੈ। ਕਿਉਂਕਿ ਇਹ ਸਾਰੀ ਜੜੀਆਂ ਪ੍ਰੋਬਲਮਸ ਹੈਗੀ ਪਾਣੀ ਦੇ ਨਾਲ ਹੁੰਦੀਆਂ। ਇਸ ਲਈ ਤੁਹਾਨੂੰ ਜੜਾ ਇਹ ਬਿਮਾਰੀਆਂ ਜਾਂ ਇਹਨਾਂ ਦੇ ਲੱਛਣ ਜਾ ਇਹਨਾਂ ਦਾ ਰੋਗ ਮੁਕਤ ਆਪਾਂ ਕਿਵੇਂ ਕਰ ਸਕਦੇ ਆ ਇਹਨਾਂ ਚੀਜ਼ਾਂ ਦਾ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਹੈਪਟਾਈਟਸ ਏ ਦੀ ਬਿਮਾਰੀ ਅਜਿਹੇ ਪਾਣੀ ਨਾਲ ਫੈਲਦੀ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਇਸ ਬਿਮਾਰੀ ਦੇ ਕਟਾਨੂ ਮੌਜੂਦ ਹੋਣ ਅਜਿਹੇ ਪੋਜੋ ਨੂੰ ਖਾਣ ਨਾਲ ਜਿਹੜਾ ਹੈਪਟਾਈਟਸ ਏ ਨਾਲ ਪੀੜਿਤ ਵਿਅਕਤੀ ਵੱਲੋਂ ਬਣਾਇਆ ਗਿਆ ਹੋਵੇ ਜਦੋਂ ਕੋਈ ਵਿਅਕਤੀ ਆਪਣੇ ਮੂੰਹ ਵਿੱਚ ਅਜਿਹੀ ਚੀਜ਼ ਪਾਉਂਦਾ ਹੈ ਜਿਹੜੀ ਪਹਿਲਾਂ ਤੋਂ ਹੀ ਇਸ ਬਿਮਾਰੀ ਨਾਲ ਪੀੜਿਤ ਵਿਅਕਤੀ ਦੇ ਟੱਟੀ ਪਿਸ਼ਾਬ ਦੇ ਕਟਾਨੂ ਤੋਂ ਲੈ ਚੁੱਕੀ ਹੋਵੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਜਿਹੜਾ ਪਹਿਲਾਂ ਤੋਂ ਹੀ ਇਸ ਬਿਮਾਰੀ ਨਾਲ ਪੀੜਿਤ ਹੋਵੇ ਇਹ ਤੁਹਾਡੇ ਲੱਛਣ ਦੇਖੋ ਹੈਪਟਾਈਟਸ A ਦੇ ਨਾਲ ਕੀ ਹੁੰਦਾ ਪੀਲੀਆ ਹੋ ਜਾਂਦਾ ਹੈ ਬੱਚੇ ਕਈਆਂ ਨੂੰ ਪਤਾ ਵੀ ਹੋਏਗਾ ਗਾੜੇ ਪੀਲੇ ਰੰਗ ਦੀ ਅੱਖਾਂ ਦਾ ਪੀਲਾ ਪਿਸ਼ਾਬ ਆਣਾ ਪੀਲੀ ਅੱਖਾਂ ਹੋਣਾ ਸਫੇਦ ਰੰਗ ਦੀ ਟੱਟੀ ਹੋਣਾ ਥਕੇਵਾ ਪੇਟ ਵਿੱਚ ਦਰਦ ਭੁੱਖ ਨਾ ਲੱਗਣੀ ਦਿਲ ਕੱਚਾ ਹੋਣਾ ਟੱਟੀਆਂ ਆਣੀਆਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖੋ ਹੈਪਟਾਈਟਸ A ਵਾਇਰਸ ਸਰੀਰ ਦੇ ਬਾਹਰ ਮਹੀਨਿਆਂ ਤੱਕ ਜੀਉਂਦਾ ਰਹਿ ਸਕਦਾ ਹੈ ਠੀਕ ਹੈ ਭੋਜਨ ਅਤੇ ਤਰਲ ਪ੍ਰਦਾਰਥ ਨੂੰ ਕਟੋ-ਕਟ 1 ਮਿੰਟ ਲਈ 85 ਡਿਗਰੀ ਟੈਂਪਰੇਚਰ ਤੇ ਤਾਪਮਾਨ ਤੇ ਗਰਮ ਕਰਨ ਨਾਲ ਵਾਇਰਸ ਮਾਰਿਆ ਜਾ ਸਕਦਾ ਹੈ ਸੋ ਜੇ ਕੋਈ ਲੱਛਣ ਹੈ ਤਾਂ ਉਹਨਾਂ ਦਾ ਆਪਣੇ ਕੋਲ ਹੱਲ ਵੀ ਹੈ ਸੋ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਚ ਰੱਖੋ ਹੈਪਟਾਈਟਸ E ਜਿਹੜਾ ਹੁੰਦਾ ਹੈ ਇਹ ਬਿਮਾਰੀ ਪਾਣੀ ਵਿੱਚ ਮੌਜੂਦ ਹਾਨੀਕਾਰਕ ਕਿਟਾਨੂਆਂ ਕਰਕੇ ਹੁੰਦੀ ਹੈ ਇਸ ਦਾ ਵੀ ਤੁਹਾਨੂੰ ਧਿਆਨ ਰੱਖਣਾ ਪਏਗਾ ਉਹੀ ਚੀਜ਼ਾਂ ਸੇਮ ਰਿਪੀਟ ਕਰਾਂਗੀ ਟੱਟੀ ਪਿਸ਼ਾ ਦੀ ਟੁਕਵੀਂ ਡਿਸਪੋਜ਼ਲ ਹੋਵੇ ਖਾਣਾ ਬਣਾਉਣ ਤੋਂ ਪਹਿਲਾਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਨੰਗੇ ਪੈਰੀ ਜ਼ਮੀਨ ਜਾਂ ਮਿੱਟੀ ਵਿੱਚ ਨਹੀਂ ਚੱਲਣਾ ਚਾਹੀਦਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਬਿਮਾਰੀਆਂ ਦਾ ਦੱਸਦਾ ਹੁਣ ਤੁਹਾਨੂੰ ਇੱਥੇ ਮੈਂ ਦੱਸਾਂਗੀ ਕਿ ਜਿਹੜੀਆਂ ਸਾਡੀਆਂ ਡਿਪਾਰਟਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਜਿਹੜਾ ਹੈਗਾ ਉਹਦੇ ਵੱਲੋਂ ਵੀ ਜਿਹੜੇ ਤੁਹਾਡੇ ਜੀਵਾਣੂਆਂ ਦੀ ਜਾਂਚ ਕੀਤੀ ਜਾਂਦੀ ਹੈ ਲੈਬਾਰਟਰੀਆਂ ਦੇ ਵਿੱਚ ਵੀ ਹੁੰਦੀ ਹੈ ਉਹਦੇ ਵਿੱਚ ਅਸੀਂ ਕੋਲੀਫਾਰਮ ਬੈਕਟੀਰੀਆ ਤੇ ਫਿਕਲ ਕੋਲੀਫਾਰਮ ਨੂੰ ਆਪਾਂ ਇਹਨੂੰ ਟੈਸਟ ਕਰਦੇ ਆ। ਕਿਸ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂਗੀ। ਸਾਡੇ ਕੋਲ ਇੱਕ ਫੀਲਡ ਟੈਸਟ ਕਿੱਟ ਹੈ ਬੱਚਿਓ ਧਿਆਨ ਨਾਲ ਦੇਖੋ ਇਹ ਤੁਹਾਨੂੰ ਸਾਡੇ ਡਿਪਾਰਟਮੈਂਟ ਵਿੱਚ ਵੀ ਮਿਲ ਜਾਈਗੀ। ਅਸੀਂ ਇਹਦੇ ਨਾਲ ਤੁਹਾਡੇ ਸਕੂਲਾਂ ਦੇ ਸੈਂਪਲ ਵੀ ਟੈਸਟ ਕਰਦੇ ਆ। ਤੁਹਾਡੇ ਹੈਲਥ ਡਿਪਾਰਟਮੈਂਟਸ ਵੀ ਜਿਹੜੇ ਹੈਗੇ ਆ ਤੁਹਾਡੇ ਪਿੰਡਾਂ ਵਿੱਚ ਹੋਣਗੇ ਉੱਥੇ ਵੀ ਇਹਨਾਂ ਤੀਜਾ ਨਾਸੀ ਬੈਕਟਰੋਲੋਜੀਕਲ ਸੈਂਪਲਿੰਗ ਟੈਸਟ ਕਰਦੇ ਆ। ਇਸ ਨੂੰ ਧਿਆਨ ਨਾਲ ਦੇਖ ਲੋ ਛੋਟੀ ਜੀ ਸ਼ੀਸ਼ੀ ਹੈ ਇਸ ਵਿੱਚ ਕੁਝ ਜ਼ਿਆਦਾ ਕੋਈ ਉਹ ਨਹੀਂ ਹੈ ਔਰ ਇਹ ਸਾਨੂੰ ਸਾਡੇ ਡਿਪਾਰਟਮੈਂਟ ਤੋਂ ਵੀ ਮਿਲ ਜਾਏਗੀ ਫੀਲਡ ਇਹਦੇ ਵਿੱਚ ਕੀ ਹੁੰਦਾ ਹੈ ਹਾਈਡਰੋਜਨ ਸਲਫਾਈਟ ਕਿਟ ਦੇ ਮਦਦ ਨਾਲ ਪਾਣੀ ਵਿੱਚ ਮੌਜੂਦ ਹਾਨੀਕਾਰਕ ਜੀਵਾਨੂਆਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜਿਸ ਤਰ੍ਹਾਂ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਪਾਣੀ ਪੀ ਰਹੇ ਹਾਂ ਪਾਣੀ ਚ ਕਈ ਵਾਰ ਕਈ ਵਾਰ ਕਹਿੰਦੇ ਆ ਕਿ ਜੀ ਗੰਦਾ ਪਾਣੀ ਮਿਕਸ ਹੋ ਗਿਆ ਉਹ ਗੰਦਾ ਪਾਣੀ ਮਿਕਸ ਹੋ ਗਿਆ ਕੀ ਹੁੰਦਾ ਹੈ ਕਿ ਜਦੋਂ ਆਪਣੇ ਨਾਲੇ ਜਾਂ ਕਿਤੋਂ ਸੀਵਰ ਦਾ ਪਾਣੀ ਮਿਕਸ ਹੁੰਦਾ ਹੈ ਤਾਂ ਆਪਾਂ ਨੂੰ ਪਾਣੀ ਨਾਲ ਕਈ ਵਾਰ ਪ੍ਰੋਬਲਮਸ ਆਉਂਦੀਆਂ ਬਿਮਾਰੀਆਂ ਹੋ ਜਾਂਦੀਆਂ ਠੀਕ ਹੈ ਇਸ ਟੈਸਟ ਦੇ ਨਾਲ ਸਾਨੂੰ ਇਹ ਪਤਾ ਚੱਲ ਜਾਏਗਾ ਕਿ ਸਾਡੇ ਪਾਣੀ ਦੇ ਵਿੱਚ ਕੋਈ ਜੀਵਾਣੂ ਤਾਂ ਨਹੀਂ ਹੈਗਾ ਇਸ ਲਈ ਇਸ ਟੈਸਟ ਨੂੰ ਬਹੁਤ ਜ਼ਰੂਰੀ ਹੈ ਅਸੀਂ ਸਾਡੇ ਸਕੂਲਾਂ ਦੇ ਵੀ ਸੈਂਪਲ ਇਸ ਨਾਲ ਟੈਸਟ ਕਰਵਾਂਦੇ ਹਾਂ ਇਹਦੇ ਵਿੱਚ ਕੀ ਹੁੰਦਾ ਇੱਕ ਬਾਇਓ ਸਲਫੇਟ ਹੁੰਦਾ ਜਿਹੜਾ ਕਿ ਸਲਫਰ ਦਾ ਸੋਮਾ ਹੈ ਅਤੇ ਫੈਰਿਕ ਕਮੋਨੀਅਮ ਸਿਟਰੇਟ ਹੁੰਦਾ ਹੈ ਜਿਹੜਾ ਕਿ ਇੰਡੀਕੇਟਰ ਦਾ ਕੰਮ ਕਰਦਾ ਹੈ ਅਗਰ ਬਿਮਾਰੀ ਫਿਲਾਉਣ ਵਾਲੇ ਬੈਕਟੀਰੀਆ ਹਾਈਡਰੋਜਨ ਸਲਫਾਈਡ ਪੈਦਾ ਕਰਦੇ ਹਨ ਅਤੇ ਹਾਈਡਰੋਜਨ ਸਲਫਾਈਡ ਪੈਦਾ ਹੋਣ ਨਾਲ ਫੈਰੀ ਕਮੋਨੀਆ ਸਿਟਰਟ ਫੈਰਸ ਸਲਫਾਈਡ ਵਿੱਚ ਬਦਲ ਜਾਂਦਾ ਹੈ ਜਿਸ ਕਰਕੇ ਜਿਹੜੇ ਹਨ ਕਾਲੇ ਪ੍ਰੈਸੀਪਿਟੇਟ ਬੰਨੇ ਸ਼ੁਰੂ ਹੋ ਜਾਂਦੇ ਹਨ ਹੁਣ ਮੈਂ ਤੁਹਾਨੂੰ ਦੱਸਾਂਗੀ ਇਹਦੇ ਵਿੱਚ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਇੱਕ ਨਿਸ਼ਾਨ ਹੋਏਗਾ ਉਹ ਨਿਸ਼ਾਨ ਤੱਕ ਤੁਸੀਂ ਇਸ ਦੇ ਵਿੱਚ ਪਾਣੀ ਭਰ ਕੇ ਰੱਖ ਦੋਗੇ ਜਿਹੜਾ ਪਾਣੀ ਤੁਸੀਂ ਪੀ ਰਹੇ ਹੋ ਉਸ ਨੂੰ 24 ਘੰਟੇ ਤੱਕ ਤੁਸੀਂ ਇੱਕ ਨਾਰਮਲ ਟੈਂਪਰੇਚਰ ਤੇ ਰੂਮ ਟੈਂਪਰੇਚਰ ਤੇ ਰੱਖ ਦੋਗੇ ਅਗਲੇ ਦਿਨ ਜਦ ਤੁਸੀਂ ਉਸ 24 ਘੰਟੇ ਬਾਅਦ ਇਸ ਪਾਣੀ ਨੂੰ ਦੇਖੋਗੇ ਤਾਂ ਜੇਕਰ ਉਹਦਾ ਰੰਗ ਕਾਲਾ ਰੰਗ ਹੋਣ ਦੀ ਸੂਰਤ ਵਿੱਚ ਜੇ ਕਾਲਾ ਹੋ ਗਿਆ ਇਹਦੇ ਅੰਦਰ ਜਿਹੜਾ ਪ੍ਰੈਸੀਪਿਟੇਟ ਹੈਗਾ ਉਹਦੇ ਨਾਲੇ ਕਾਲਾ ਬਣ ਗਿਆ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਤੁਸੀਂ ਪਾਣੀ ਹੈਗਾ ਉਹ ਤੁਹਾਡਾ ਪਾਣੀ ਦੂਸ਼ਿਤ ਹੈ ਉਹਨੂੰ ਕੁਝ ਟ੍ਰੀਟਮੈਂਟ ਦੀ ਲੋੜ ਹੈ ਅਗਰ ਇਹਦੇ ਵਿੱਚ ਕਸਮੈਲਾ ਰੰਗ ਆ ਗਿਆ ਜਾਂ ਗੂੜਾ ਭੂਰਾ ਰੰਗ ਆਂਦਾ ਤਾਂ ਉਹ ਸੈਂਪਲ ਘੱਟ ਦੂਸ਼ਿਤ ਹੋ ਸਕਦਾ ਹੈ ਦੂਸ਼ਿਤ ਤਾਂ ਜਾ ਰਿਹਾ ਹੈ ਪਰ ਉਹ ਘੱਟ ਹੈਗਾ ਅਗਰ ਇਹ ਸ਼ਹਿਦ ਵਰਗਾ ਸ਼ਹਿਦ ਦਾ ਰੰਗ ਤਾਂ ਸਾਰਨ ਬੱਚਿਆਂ ਨੂੰ ਪਤਾ ਹੀ ਹੋਏਗਾ ਅਗਰ ਇਹਦੇ ਵਿੱਚ ਸ਼ਹਿਦ ਦਾ ਰੰਗ ਆ ਜਾਂਦਾ ਹੈ ਤਾਂ ਉਸ ਦਾ ਮਤਲਬ ਹੈ ਕਿ ਪਾਣੀ ਤੁਹਾਡਾ ਦੂਸ਼ਿਤ ਨਹੀਂ ਹੈਗਾ ਔਰ ਇਸ ਦੀ ਡਿਸਪੋਜ਼ਲ ਦਾ ਵੀ ਮੈਂ ਦੱਸ ਰਹੀ ਹਾਂ ਕਿ ਜਦੋਂ ਇਹ ਖਾਲੀ ਬੋਤਲ ਜੋ ਤੁਸੀਂ ਇਹ ਕੇ ਵਨ ਟਾਈਮ ਯੂਜ਼ ਹੋਏਗੀ ਬੱਚਿਓ ਇਹਨੂੰ ਇਹ ਨਹੀਂ ਕਿ ਤੁਸੀਂ ਦੋ ਦੋ ਤਿੰਨ ਤਿੰਨ ਵਾਰ ਯੂਜ਼ ਕਰ ਲੋਗੇ ਇਹਦੇ ਵਿੱਚ ਜੋ ਤੁਹਾਡਾ ਜਿਹੜਾ ਤੁਹਾਡਾ ਇਹਨਾਂ ਟ੍ਰੀਟਮੈਂਟ ਦੇਣਾ ਹੈ ਇਹਨੇ ਤੁਹਾਨੂੰ ਇੱਕ ਵਾਰ ਦੱਸ ਦੇਣਾ ਹੈ ਕਿ ਪਾਣੀ ਕਿਸ ਤਰ੍ਹਾਂ ਉਹਦੇ ਜੀਵਾਣੂ ਹੈ ਕਿ ਨਹੀਂ ਹੈ ਠੀਕ ਹੈ ਇਸ ਨੂੰ ਜਦੋਂ ਤੁਸੀਂ ਡਿਸਪੋਜ਼ ਆਫ ਕਰਨਾ ਹੈ ਤੇ ਡਿਟੋਲ ਫੈਨਾਈਲ ਦੇ ਨਾਲ ਕਰਨਾ ਹੈ ਬੂੰਦਾ ਪਾ ਕੇ ਕੂੜੇਦਾਨ ਵਿੱਚ ਸੁੱਟਿਆ ਜਾ ਸਕਦਾ ਹੈ। ਔਰ ਜੇਕਰ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਮੈਂ ਦੱਸ ਰਹੀਆਂ ਵੀ ਅਗਰ ਤੁਹਾਡਾ ਦੂਸ਼ਿਤ ਪਾਣੀ ਆ ਜਾਂਦਾ ਹੈ ਤਾਂ ਤੁਸੀਂ 1000 ਲੀਟਰ ਦੇ ਟੈਂਕ ਵਿੱਚ 25 ਐਮਐਸ 25% ਸਟਰੈਂਥ ਦਾ 4 ਗ੍ਰਾਮ ਬ੍ਰੀਚਿੰਗ ਪਾਊਡਰ ਪਾਇਆ ਜਾ ਸਕਦਾ ਹੈ ਤੇ ਧਿਆਨ ਰੱਖਿਆ ਜਾ ਜਿਹੜਾ ਬ੍ਰੀਚਿੰਗ ਪਾਊਡਰ ਪਾਓਗੇ ਉਹ ਬੰਦ ਡੱਬੇ ਵਿੱਚ ਰੱਖਿਆ ਹੋਵੇ। ਦੂਸਰਾ ਹੈਗਾ ਕਿ ਆਪਣੇ ਹੈਲਥ ਸੈਂਟਰਸ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਦੇ ਵਿੱਚ ਕਲੋਰੀਨ ਟੈਬਲੇਟਸ ਵੀ ਮੌਜੂਦ ਹਨ ਉਹ ਤੁਸੀਂ 18 ਲੀਟਰ ਦੀ ਬਾਲਟੀ ਚ ਪਾ ਕੇ ਇੱਕ ਕਲੋਰੀਨ ਟੈਬਲੇਟ ਰੋ ਚ ਘੋਲ ਦੋ ਤੇ ਇਹ ਇੱਕ ਅੱਧੇ ਘੰਟੇ ਬਾਅਦ ਉਸ ਪਾਣੀ ਨੂੰ ਵਰਤ ਲਿਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਇਸ ਦਾ ਹੱਲ ਹੋ ਸਕਦਾ ਹੈ ਪਾਣੀ ਨੂੰ ਉਬਾਲ ਵੀ ਉਬਾਲਣਾ ਤਾਂ ਜ਼ਰੂਰੀ ਹੈ ਜੇ ਦੇ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਬਿਮਾਰੀ ਹੋ ਰਹੀ ਹੈ ਜਾਂ ਕੋਈ ਬੱਚਾ ਬਿਮਾਰ ਹੋ ਰਿਹਾ ਹੈ ਤਾਂ ਪਲੀਜ਼ ਉਹ ਘਰ 'ਚ ਵੀ ਤੁਸੀਂ ਗਾਈਡ ਕਰ ਸਕਦੇ ਹੋ ਆਪਣੇ ਮਦਰਜ਼ ਨੂੰ ਵੀ ਤੇ ਪਾਣੀ ਨੂੰ ਹਮੇਸ਼ਾ ਉਬਾਲ ਕੇ ਪੀ ਲੋ ਤੇ ਘਟੋ ਘਟ 3 ਮਿੰਨੀ ਉਬਾਲੋ ਤਾਂ ਜੋ ਕਿ ਟਾਨੂ ਮਰ ਜਾਣ ਉਹਨਾਂ ਨੂੰ ਤੁਹਾਨੂੰ ਕੁਝ ਇਹ ਦੱਸਾਂਗੀ ਕਿ ਰਸਾਇਣਿਕ ਪਦਾਰਥ ਕੀ ਹੁੰਦੇ ਆ ਆਪਾਂ ਕੈਮੀਕਲ ਟੈਸਟਿੰਗ ਹੈ ਬੱਚੇ ਮੈਂ ਕਿਹਾ 9th 10th ਦੇ ਜਿਹੜੇ ਬੱਚੇ ਆ ਉਹਨਾਂ ਨੇ ਸ਼ਾਇਦ ਟੈਸਟਿੰਗਸ ਵੀ ਕੁਝ ਕਰਦੇ ਆ ਉਹਨਾਂ ਨੂੰ ਪੈਰਾਮੀਟਰਸ ਦੇ ਪਤਾ ਵੀ ਹੋਣਗੇ ਇਹ ਸਾਡੀਆਂ ਕੁਝ ਲਿਮਿਟਸ ਐ ਕੁਝ ਪੈਰਾਮੀਟਰਸ ਐ ਜਿਦੇ ਵਿੱਚ ਆਪਾਂ ਸਾਡੀ ਲੈਬਾਰਟਰੀਸ ਚ ਪੀ ਐਚ ਫਲੋਰਾਇਡ ਨਾਈਟ੍ਰੇਟ ਆਇਰਨ ਟੋਟਲ ਹਾਰਡਨੈਸ ਕਲ ਰਾਈਡ ਰੈਜ਼ੀਡਵਲ ਕਲੋਰੇਨ ਇਹ ਸਾਰੇ ਜਿਹੜੇ ਪੈਰਾਮੀਟਰਸ ਐ ਇਹ ਟੈਸਟ ਕਰਦੇ ਆ ਇਹਨਾਂ ਦੀ ਕਲਿਮਿਟਸ ਹੁੰਦੀ ਐ ਵੀ ਪਾਣੀ ਚ ਕਿੰਨਾ ਲਿਮਿਟਸ ਦੇ ਉੱਪਰ ਜਾਣ ਨਾਲ ਪਾਣੀ ਦੇ ਵਿੱਚ ਉਹ ਚੀਜ਼ ਜ਼ਿਆਦਾ ਆਉਂਦੀ ਹੈ ਫਿਰ ਆਪਾਂ ਨੂੰ ਉਸ ਦਾ ਟ੍ਰੀਟਮੈਂਟ ਕਰਨਾ ਪੈਂਦਾ ਹੈ ਇਹ ਹੁਣ ਤੁਹਾਨੂੰ ਮੈਂ ਕੁਝ ਦਿਖਾਵਾਂਗੀ ਇਹ ਤੁਹਾਨੂੰ ਜੇ ਸਾਡੇ ਡਿਪਾਰਟਮੈਂਟ ਵੱਲੋਂ ਫੀਲਡ ਟੈਸਟ ਕਿੱਟ ਮਹੱਇਆ ਕਰਾਈ ਜਾਂਦੀ ਹੈ ਤੇ ਉਹਦੇ ਨਾਲ ਅਸੀਂ ਸਿੰਪਲ ਜਿਹੜੇ 10 ਤੋਂ 12 ਪੈਰਾਮੀਟਰ ਜਿਹੜੇ ਅਸੀਂ ਪਿੰਡਾਂ ਵਿੱਚ ਜਾ ਜਾ ਕੇ ਵੀ ਟੈਸਟ ਕਰਦੇ ਆ ਤੇ ਇਹਦੇ ਵਿੱਚ ਆਈ ਥਿੰਕ ਕਈ ਬੱਚਿਆਂ ਨੂੰ ਪਤਾ ਵੀ ਹੋਏਗਾ ਉਹਨਾਂ ਨੇ ਦੇਖਿਆ ਵੀ ਹੋਣਾ ਇਹ ਚਲੋ ਇਨੀ ਡਿਟੇਲ ਵਿੱਚ ਨਹੀਂ ਮੈਂ ਜਾਵਾਂਗੀ ਇਹ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਹੀ ਇੱਕ ਪੀਐਚ ਦਿਖਾ ਰਹੀ ਹੈ ਪੀਐਚ ਨੂੰ ਟੈਸਟ ਕਰਨ ਦੀ ਵਿਧੀ ਦਿੱਤੀ ਹੈ ਔਰ ਇਹ ਬਹੁਤ ਹੀ ਸਿੰਪਲ ਕਿਟ ਹੈਗੀ ਇਹ ਇਹਦੇ ਵਿੱਚ ਬੱਚਿਓ ਤੁਸੀਂ ਪੜੋਗੇ ਪੰਜਾਬੀ ਚ ਲਿਖਿਆ ਹੋਏਗਾ ਤੁਸੀਂ ਕਿਵੇਂ ਟੈਸਟ ਕਰ ਸਕਦੇ ਹੋ ਕਿਵੇਂ ਉਹਦਾ ਕਰਨ ਦਾ ਤਰੀਕਾ ਹੈ ਔਰ ਇੱਕ ਮਿਲਾਨ ਚਾਰਟ ਹੈ ਇਸ ਚਾਰਟ ਦੇ ਵਿੱਚ ਕਲਰ ਦਿੱਤੇ ਹਨ ਇਹਦੇ ਵਿੱਚ ਇਹਦੀ ਲਿਮਿਟਸ ਲਿਖੀਆਂ ਔਰ ਸਾਹਮਣੇ ਵੀ ਤੁਸੀਂ ਪ੍ਰੈਜੈਂਟੇਸ਼ਨ ਚ ਵੀ ਦੇਖ ਰਹੇ ਹੋਗੇ ਤਾਂ ਇਸ ਲਿਮਿਟ ਦੇ ਆਧਾਰ ਤੇ ਤੁਸੀਂ ਜੱਜ ਕਰ ਸਕਦੇ ਹੋਗੇ ਤੁਹਾਡੇ ਪਾਣੀ ਦੇ ਵਿੱਚ ਪੀਐਚ ਕਿੰਨਾ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਦਿਖਾਉਂਗੀ ਸਾਡੇ ਕੋਲ ਫਲਰਾਈਡ ਹੈ ਫਲਰਾਈਡ ਦੇ ਲਈ ਵੀ ਇੱਕ ਮਿਲਾਨ ਚਾਰਟ ਹੈਗਾ ਜਿਹਦੀ ਲਿਮਿਟ ਦੀ ਰੇਂਜ ਉੱਪਰ ਲਿਖੀ ਹੋਈ ਹੈ ਉਹਦੇ ਟੈਸਟ ਕਰਨ ਦੀ ਵਿਧੀ ਹੈ ਔਰ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਫੀਲਡ ਦਫ਼ਤਰਾਂ ਤੋਂ ਮਿਲ ਜਾਏਗੀ ਤੁਸੀਂ ਆਪਣੇ ਸਕੂਲਾਂ ਦੇ ਸੈਂਪਲ ਵੀ ਇਸ ਤਰ੍ਹਾਂ ਟੈਸਟ ਕਰਵਾ ਸਕਦੇ ਹੋ ਇਹ ਜਿਹੜੀ ਹੈਗੀ ਹੈ ਇਹਦੇ ਵਿੱਚ ਤੁਹਾਡੇ ਮਿਲਾਨ ਚਾਰਟ ਹੈ ਮਿਲਾਨ ਚਾਰਟ ਚੋਦੀ ਰੇਂਜ ਲਿਖੀ ਹੈ ਜੇ ਉਸ ਤੋਂ ਜ਼ਿਆਦਾ ਆ ਜਾਏਗਾ ਤਾਂ ਕਲਰ ਜਿਹੜਾ ਵੀ ਉਹਦੇ ਪਾਣੀ ਦਾ ਡਿਟੈਕਟ ਕਰੇਗਾ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੇਰੇ ਜਿਹੜਾ ਪਾਣੀ ਪੀ ਰਿਆਂ ਉਹਦੇ ਵਿੱਚ ਫਲੋਰਾਇਡ ਦੀ ਮਾਤਰਾ ਕਿੰਨੀ ਹੈ on ਫਲੋਰਾਇਡ ਬਾਰੇ ਮੈਂ ਥੋੜੀ ਜੀ ਜਾਣਕਾਰੀ ਇਸ ਲਈ ਜ਼ਿਆਦਾ ਦੇਣਾ ਚਾਹਨੀ ਆ ਕਿ ਆਪਣੇ ਕੁਝ ਏਰੀਆਜ਼ ਐ ਜਿੱਥੇ ਕਿ ਫਲੋਰਾਇਡ ਦੀ ਮਾਤਰਾ ਜ਼ਿਆਦਾ ਆਂਦੀ ਹੈ ਫਲੋਰਾਇਡ ਜਿਹੜੀ ਹੈ ਇਹ ਬੱਚਿਆਂ ਨੂੰ ਧਿਆਨ ਦੇਣ ਜੋ ਗੱਲਾਂ ਹੈਗੀਆਂ ਕਿ ਜਿਹੜਾ ਫਲੋਰਾਇਡ ਹੈ ਬੱਚਿਆਂ ਚ ਬਹੁਤ ਪਾਇਆ ਵੀ ਜਾਂਦਾ ਹੈਗਾ ਇਹਦੇ ਚ ਦੋ ਤਰ੍ਹਾਂ ਦਾ ਫਲੋਰਾਇਡ ਦੇ ਨਾਲ ਪ੍ਰੋਬਲਮਸ ਆ ਸਕਦੀਆਂ ਜਿਦਾਂ ਦੰਦਾਂ ਦਾ ਫਲੋਰੋਸਿਸ ਹੁੰਦਾ ਹੈ ਜਾਂ ਹੱਡੀਆਂ ਦਾ ਫਲੋਰੋਸਿਸ ਹੁੰਦਾ ਹੈ ਇਹਦੇ ਇਹ ਤੇ ਕੀ ਨਿਸ਼ਾਨੀਆਂ ਹਨ ਇਹ ਕਿਵੇਂ ਹੁੰਦਾ ਚਿੱਟੇ ਦੰਦ ਉੱਪਰ ਬੱਚਾ ਨੇ ਕਈਆਂ ਦੇ ਦੇਖਿਆ ਹੋਣਾ ਕਿ ਪੀਲੇ ਪੀਲੇ ਤੱਬੇ ਪੈ ਜਾਂਦੇ ਹਨ ਮਗਰੋਂ ਜਾ ਕੇ ਦੰਦ ਪੂਰਨ ਲੱਗ ਜਾਂਦੇ ਹਨ ਛੋਟੀ ਉਮਰ ਵਿੱਚ ਵੀ ਦੰਦ ਟੁੱਟ ਜਾਂਦੇ ਹਨ ਦੰਦਾਂ ਦਾ ਫਲੋਰੋਸਿਸ ਦੁੱਧ ਦੇ ਦੰਦਾਂ ਨੂੰ ਵੀ ਹੋ ਜਾਂਦਾ ਹੈ ਇਸ ਲਈ ਤੁਹਾਨੂੰ ਧਿਆਨ ਦੇਣ ਜੋ ਗੱਲਾਂ ਹੈ ਤੇ ਮੈਂ ਤੁਹਾਨੂੰ ਥੋੜੀ ਤਸਵੀਰਾਂ ਦਿਖਾਵਾਂਗੀ ਬੱਚਿਓ ਜਿਵੇਂ ਹਲਕਾ ਫਲੋਰੋਸਿਸ ਹੈ ਤੁਸੀਂ ਪਹਿਲੀ ਤਸਵੀਰ ਦੇਖ ਸਕਦੇ ਹੋ ਕਿ ਹਲਕਾ ਫਲੋਰੋਸਿਸ ਦਾ ਰੰਗ ਹਲਕਾ ਹਲਕਾ ਦਬੇਰੇ ਦਿਖ ਰਿਹਾ ਤੁਹਾਨੂੰ ਦੰਦਾਂ ਤੇ ਹਲਕਾ ਫਲੋਰੋਸਿਸ ਹੈ ਫਿਰ ਉਸ ਤੋਂ ਬਾਅਦ ਦਰਮਿਆਨਾ ਫਲੋਰੋਸਿਸ ਹੈ ਉਸ ਤੋਂ ਬਾਅਦ ਆਹ ਦੇਖੋ ਬਹੁਤ ਜ਼ਿਆਦਾ ਫਲੋਰੋਸਿਸ ਹੈ ਜਿਦੇ ਵੀ ਤੁਸੀਂ ਦੰਦ ਦੇਖ ਸਕਦੇ ਹੋ ਕਿ ਪੂਰ ਵੀ ਰਹੇ ਹਨ ਦੰਦ ਪੂਰੀ ਤਰ੍ਹਾਂ ਪੂਰ ਗਏ ਆ ਦੇਖੋ ਕਿੰਨਾ ਜ਼ਿਆਦਾ ਫਲੋਰੋਸਿਸ ਹੈ ਇਹ ਕਿਵੇਂ ਹੋ ਰਿਹਾ ਸਿਰਫ ਪੀਣ ਵਾਲਾ ਜੇ ਫਲੋਰੋਸਿਸ ਵਾਲੇ ਪਾਣੀ ਜ਼ਿਆਦਾ ਫਲੋਰੋਸਿਸ ਵਾਲਾ ਪਾਣੀ ਪੀ ਰਹੇ ਹੋ ਤਾਂ ਉਸ ਨਾਲ ਇਹ ਤੁਹਾਡੇ ਦੰਦਾਂ ਦਾ ਇਹ ਹੱਡੀਆਂ ਦਾ ਵੀ ਫਲੋਰੋਸਿਸ ਹੁੰਦਾ ਹੈ ਜੋੜਾਂ ਵਿੱਚ ਰੀੜ ਦੀ ਹੱਡੀ, ਕੁੱਲੇ ਤੇ ਜੋੜ ਵਿੱਚ ਦਰਦ, ਕਾਲਾਪਨ ਪੈਣਾ, ਬਾਹਾਂ ਤੇ ਲੱਤਾਂ ਦੀਆਂ ਹੱਡੀਆਂ ਦਾ ਟੇਡਾ ਹੋ ਜਾਣਾ, ਲੱਕਵਾ ਮਾਰ ਜਾਣਾ, ਰੀੜ ਦੀ ਹੱਡੀ ਦੇ ਮਣਕਿਆਂ ਦਾ ਪੁਰਨਾ, ਪਿੱਠ ਦੀ ਹਿੱਲਜੂਲ ਔਖੀ ਹੋਣਾ ਇਹ ਸਾਰੇ ਜਿਹੜੇ ਹੱਡੀਆਂ ਦੇ ਫਲੋਰੋਸਿਸ ਕਰਕੇ ਹੋ ਸਕਦੇ ਹਨ। ਦੇਖੋ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੀਆਂ ਫੋਟੋ ਇੱਕ ਤਸਵੀਰ ਜਿਹਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਹੱਡੀਆਂ ਦੇ ਫਲੋਰੋਸਿਸ ਨਾਲ ਕਿਸ ਤਰ੍ਹਾਂ ਕੀ ਹੋ ਸਕਦਾ ਹੈ। ਇਹ ਕੁਝ ਹੋਰ ਸਾਂਝੀਆਂ ਕਰ ਰਹੀਆਂ ਤਸਵੀਰਾਂ। ਇਸੇ ਤਰ੍ਹਾਂ ਤੁਹਾਨੂੰ ਇਹਦੀ ਡਿਟੇਲ ਜਿਹੜੀ ਮੈਂ ਫਲੋਰੋਸਿਸ ਦੀ ਤੁਹਾਨੂੰ ਥੋੜੀ ਦੇਰ ਵਿੱਚ ਹੁਣ ਇੱਕ ਹੋਰ ਅਗਲੀ ਸਲਾਈਡ 'ਚ ਤੁਹਾਨੂੰ ਦਿਖਾਵਾਂਗੀ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗੀ ਇੱਕ ਆਇਰਨ ਹੈ ਆਇਰਨ ਜਦੋਂ ਆਪਾਂ ਲੋਹਾ ਦੇਖਦੇ ਆ ਤਾਂ ਉਹ ਕੀ ਰੀਜਨਸ ਹੈ ਉਹ ਕਿਵੇਂ ਆਪਾਂ ਮੈਜ਼ਰ ਕਰ ਸਕਦੇ ਆ ਇਸ ਮਿਲਾਨ ਚਾਰਟ 'ਚ ਤੁਸੀਂ ਉਸ ਨੂੰ ਮੈਜ਼ਰ ਕਰ ਸਕਦੇ ਹੋ ਕਿ ਤੁਹਾਡੇ ਪਾਣੀ 'ਚ ਕਿੰਨੀ ਮਾਤਰਾ 'ਚ ਲੋਹਾ ਹੈ ਲੋਹੇਦਾਨ ਕੀ ਹੁੰਦਾ ਹੈ ਕਿ ਹਵਾ ਦੇ ਸੰਪਰਕ ਵਿੱਚ ਫੈਰਸ ਆਇਨ ਜਿਹੜਾ ਫੈਰਿਕ ਆਇਰਨ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਦੇ ਨਾਲ ਪਾਣੀ ਦਾ ਰੰਗ ਜਿਹੜਾ ਚੇਂਜ ਹੋ ਜਾਂਦਾ ਹੈ ਲੋਹੇ ਦੇ ਪਾਈਪਾਂ ਦੇ ਜੰਗ ਲੱਗਦਾ ਉਹਦੇ ਕਰਕੇ ਵੀ ਹੋ ਸਕਦਾ ਹੈ ਤੇ ਵੱਧ ਲੋਹੇ ਦੀ ਮਾਤਰਾ ਨਾਲ ਕਈ ਵਾਰ ਉਲਟੀਆਂ, ਪੇਟਦਰ ਥਕੇਵਾ, ਬਚੈਨੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਇਹਨਾਂ ਦੇ ਨਾਲ ਹੋ ਸਕਦੀ ਹੈ ਤੇ ਕਈ ਵਾਰ ਟੱਟੀ ਨਾਲ ਖੂਨ ਵੀ ਆਉਣ ਲੱਗ ਜਾਂਦਾ ਹੈ। ਠੀਕ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਵਾਂਗੀ ਇਹ ਸਾਡੇ ਕੋਲ ਨਾਈਟ੍ਰੇਟ ਦਾ ਚਾਰਟ ਹੈ। ਇਹਦੇ ਨਾਲ ਤੁਸੀਂ ਨਾਈਟ੍ਰੇਟ ਦੀ ਮੈਜ਼ਰ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਹੈ ਪੰਜਾਬੀ ਵਿੱਚ ਤੁਹਾਨੂੰ ਲਿਖਿਆ ਮਿਲ ਜੇਗਾ। ਤੁਸੀਂ ਇਹਦੇ ਵਿੱਚ ਨਾਈਟ੍ਰੇਟ ਕਿਵੇਂ ਟੈਸਟ ਕਰਨਾ ਹੈ ਔਰ ਬੜਾ ਮਜ਼ਾ ਆਉਂਦਾ ਹੈ ਬੱਚਾ ਨੂੰ ਬਹੁਤ ਮਜ਼ਾ ਆਏਗਾ ਕਿ ਇਹਦੇ ਨਾਲ ਖੁਦ ਟੈਸਟ ਕਰੋਗੇ ਤੇ ਤੁਸੀਂ ਬੜੇ ਕੌਨਫੀਡੈਂਟ ਹੋਵੋਗੇ ਕਿ ਅਸੀਂ ਪਾਣੀ ਘਰ ਦਾ ਕਿਸ ਤਰ੍ਹਾਂ ਦਾ ਸਾਡਾ ਪਾਣੀ ਹੈਗਾ ਸਾਫ਼ ਹੈ ਸੁਥਰਾ ਹੈ ਕਿਸ ਤਰ੍ਹਾਂ ਦਾ ਹੈ ਪਾਣੀ ਦੇ ਵਿੱਚ ਜਦੋਂ ਨਾਈਟ੍ਰੇਟ ਹੈ ਇਹ ਉਹਦੇ ਕੁਝ ਲੱਛਣ ਹੈਗੇ ਫਿਰ ਸਾਡੇ ਕੋਲ ਹੈਗਾ ਫਾਸਫੇਟ ਹੈ ਫਾਸਫੇਟ ਦਾ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਮਿਲਾਨ ਚਾਰਟ ਹੈਗਾ ਤੁਸੀਂ ਜਦੋਂ ਟੈਸਟ ਕਰੋਗੇ ਬਹੁਤ ਆਸਾਨ ਵਿਧੀ ਲਿਖੀ ਹੈ ਜਦੋਂ ਇਹ ਆਪ ਕੋ ਟੈਸਟ ਕਰੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਇਸ ਚਾਰਟ ਦੇ ਨਾਲ ਤੁਸੀਂ ਮਿਲਾਓਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਡੀ ਫੋਸਫੇਟ ਦੀ ਮਾਤਰਾ ਕਿੰਨੀ ਹੈ ਪਾਣੀ 'ਚ ਫਿਰ ਰੈਜ਼ੀਡਲ ਕਲੋਰੀਨ ਹੈ ਕਲੋਰੀਨ ਕਿੰਨੀ ਹੈ ਪਾਣੀ 'ਚ ਕਈ ਵਾਰ ਕਲੋਰੀਨ ਕਿੰਨੀ ਹੈ ਦੀ ਡੋਸੇਜ ਕਿੰਨੀ ਹੈ ਇਸ ਗੱਲ ਦਾ ਵੀ ਬਹੁਤ ਧਿਆਨ ਰੱਖਣਾ ਹੈ ਕਿ ਪਾਣੀ ਤੁਹਾਡਾ ਕਲੋਰੀਨੇਟਡ ਹੈ ਕਿ ਨਹੀਂ ਕਈ ਵਾਰ ਹੁੰਦਾ ਹੈ ਕਿ ਪਾਣੀ ਕਲੋਰੀਨੇਟਡ ਨਹੀਂ ਹੁੰਦਾ ਤਾਂ ਵੀ ਬਿਮਾਰੀਆਂ ਫੈਲਣ ਦਾ ਕਾਰਨ ਹੁੰਦਾ ਹੈ ਤੇ ਆਪਣੇ ਪਾਣੀ ਨੂੰ ਤੁਸੀਂ ਕਲੋਰੀਨ ਚੈੱਕ ਕਰ ਸਕਦੇ ਹੋ ਰੈਜ਼ੀਡਲ ਕਲੋਰੀਨ ਤਾਂ ਉਹਦਾ ਵੀ ਇੱਕ ਮਿਲਾਨ ਚਾਰਟ ਹੈ ਜਿਸ ਦੇ ਨਾਲ ਤੁਸੀਂ ਇਹਨੂੰ ਮੈਚ ਕਰ ਸਕਦੇ ਹੋ ਇਹ ਕੁਝ ਹੋਦੀ ਵਿਧੀ ਲਿਖੀ ਹੈ ਤੇ ਮੈਂ ਇਹਦੀ ਡਿਟੇਲ ਚ ਨਹੀਂ ਜਾਵਾਂਗੀ ਤੇ ਤੁਸੀਂ ਇਸ ਚੀਜ਼ ਨੂੰ ਇਹਨਾਂ ਚਾਰਟ ਨਾਲ ਚੈੱਕ ਕਰ ਸਕਦੇ ਹੋ ਫਿਰ ਇਸੇ ਤਰ੍ਹਾਂ ਆਪਾਂ ਹਾਰਡਨੈਸ ਨੂੰ ਚੈੱਕ ਕਰ ਸਕਦੇ ਹਾਂ ਇਸੇ ਤਰ੍ਹਾਂ ਆਪਾਂ ਟੋਟਲ ਹਾਰਡਨੈਸ ਕੱਢ ਸਕਦੇ ਹਾਂ ਕਲਰਾਈਡ ਦੇਖ ਸਕਦੇ ਹਾਂ ਐਲਕੈਲਿਟੀ ਦੇਖ ਸਕਦੇ ਹਾਂ ਤੇ ਇਸ ਤੋਂ ਬਾਅਦ ਆਪਾਂ TDS ਦਾ ਮਿਲਾਨ ਕਰ ਸਕਦੇ ਹਾਂ ਉਹਦਾ ਫਾਰਮੂਲਾ ਹੁੰਦਾ ਜਿਸ ਦੇ ਨਾਲ ਤੁਸੀਂ ਕੁੱਲ ਖਾਰਾਪਨ ਐਲਕੈਲਿਟੀ ਕੁੱਲ ਘਾਰਾਪਨ ਕਲਰਾਈਡ ਉਹਨੂੰ ਗੁਣਾ ਕਰ ਦੋਗੇ 1.2 ਦੇ ਨਾਲ ਤੁਹਾਡੀ TDS ਦੀ ਮਿਲੀਗ੍ਰਾਮ ਪਰ ਲੀਟਰ ਚ ਵੈਲਿਊ ਆ ਜਾਏਗੀ ਹੁਣ ਮੈਂ ਤੁਹਾਨੂੰ ਇੱਕ ਹੋਰ ਮਜ਼ੇਦਾਰ ਚੀਜ਼ ਦੱਸਾਂਗੀ ਸਾਡੇ ਡਿਪਾਰਟਮੈਂਟ 'ਚ ਜਲ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀਜ਼ ਵੀ ਚੱਲਦੀਆਂ ਹਨ ਆਈ ਥਿੰਕ ਤੁਹਾਨੂੰ ਕਿਸ ਕਈ ਬੱਚਿਆਂ ਨੇ ਦੇਖੀ ਵੀ ਹੋਣੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਦੋ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਜਿਹੜੀਆਂ ਇਹ ਲੈਬਾਰਟਰੀਜ਼ ਹਨ ਇਹਨਾਂ ਦੇ ਵਿੱਚ ਅਸੀਂ ਕੈਮੀਕਲ ਪੈਰਾਮੀਟਰਸ ਟੈਸਟ ਕਰਦੇ ਹਾਂ ਜਿਵੇਂ ਕਿ ਟीडीएस ਪੀਐਚ ਟਰਬਿਡਿਟੀ ਹਾਰਡਨੈਸ ਟੋਟਲ ਐਲਕੈਨਿਟੀ ਕੈਲਸ਼ੀਅਮ ਮੈਗਨੀਸ਼ੀਅਮ ਕਲਰਾਈਡ ਫਲਰਾਈਡ ਨਾਈਟ੍ਰੇਟ ਸਲਫੇਟ ਆਇਰਨ ਆਰਸੈਨਿਕ ਅਤੇ ਬੈਕਟਰੋਲੋਜੀਕਲ ਪੈਰਾਮੀਟਰਸ ਵੀ ਇਹਦੇ ਵਿੱਚ ਕਰਦੇ ਆ ਇਹਦੇ ਵਿੱਚ ਅਸੀਂ ਕਿਟਾਂ ਵੀ ਰੱਖਦੇ ਆ ਜਿਹੜੀਆਂ ਫੀਲਡ ਟੈਸਟ ਕਿਟ ਤੁਹਾਨੂੰ ਮੈਂ ਪਹਿਲਾਂ ਦਿਖਾਈ ਹੈ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ H2S ਕਿਟ ਦਿਖਾਈ ਹੈ ਛੋਟੀ ਇਹ ਵੀ ਸਾਡੀ ਮੋਬਾਈਲ ਲੈਂਪ ਦੇ ਵਿੱਚ ਉਪਲਬਧ ਹੁੰਦੀਆਂ ਹਨ ਇਹਦੇ ਥਰੂ ਵੀ ਅਸੀਂ ਆਪਣੀ ਪੈਰਾਮੀਟਰਸ ਟੈਸਟ ਕਰ ਸਕਦੇ ਹਾਂ ਤੇ ਇਹ ਜਿਹੜੀਆਂ ਲੈਬਾਰਟਰੀਸ ਹੈਗੀਆਂ ਵਰਤੋਂ ਨਾਲ ਅਸੀਂ ਪਿੰਡਾਂ ਦੇ ਸੈਂਪਲ ਇਕੱਠੇ ਵੀ ਕਰਦੇ ਆਂ ਤੇ ਮੌਕੇ ਤੇ ਅਸੀਂ ਪਾਣੀ ਦੇ ਸੈਂਪਲ ਟੈਸਟ ਵੀ ਕਰਕੇ ਲੋਕਾਂ ਨੂੰ ਦਿਖਾਉਂਦੇ ਆਂ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪਾਣੀ ਦੀ ਗੁਣਵੱਤਾ ਬਾਰੇ ਦੱਸਦੀ ਹੈ ਪਾਣੀ ਦੇ ਸੈਂਪਲ ਵੀ ਟੈਸਟ ਕਰੇਗੀ ਉਹਦੀ ਵਿਧੀ ਵੀ ਦੱਸੇਗੀ ਗੰਦਾ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਸਾਰੇ ਜਿਹੜੇ ਸਾਡੇ ਕੈਮਿਸਟ ਆ ਉਹਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਜਾਗਰੂਕ ਕੀਤਾ ਜਾਂਦਾ ਹੈ ਜਿਸ ਨਾਲ ਪਿੰਡ ਵਾਸੀਆਂ ਵਿੱਚ ਵਿਭਾਗ ਅਤੇ ਸਰਕਾਰ ਵੱਲੋਂ ਸਥਾਪਿਤ ਕੀਤੀਆਂ ਲੈਬਾਰਟਰੀਆਂ ਪ੍ਰਤੀ ਵਿਸ਼ਵਾਸ ਬਣਿਆ ਹੈ ਇਸੀ ਮੋਬਾਈਲ ਵਾਟਰ ਟੈਸਟਿੰਗ ਰਿਪੋਰਟਰੀ 'ਚ ਮੈਂ ਦੱਸਣਾ ਚਾਹਾਂਗੀ ਕਿ ਜੇਦੂ ਕੋਈ ਮਹਾਮਾਰੀ ਫੈਲਦੀ ਹੈ ਹੈਲਥ ਡਿਪਾਰਟਮੈਂਟ ਸਾਡੇ ਡਿਪਾਰਟਮੈਂਟ ਨੂੰ ਕੰਟੈਕਟ ਕਰਦਾ ਹੈ ਕਿ ਕੋਈ ਪ੍ਰੋਬਲਮਸ ਆ ਗਈਆਂ ਆ ਜਾਂ ਬਿਮਾਰੀ ਫੈਲ ਗਈ ਹੈ ਤਾਂ ਸਾਡੀ ਤੁਰੰਤ ਲੈਬਸ ਉੱਥੇ ਪਹੁੰਚ ਜਾਂਦੀਆਂ ਹਨ ਉਹਨਾਂ ਦੇ ਪਾਣੀ ਸੈਂਪਲ ਟੈਸਟ ਕੀਤੇ ਜਾਂਦੇ ਹਨ ਅਤੇ ਉਹਨਾਂ ਸੈਂਪਲ ਕਰਨ ਤੋਂ ਬਾਅਦ ਜੇਕਰ ਕੋਈ ਰੈਮੀਡੀਅਲ ਮੀਅਰ ਦੀ ਲੋੜ ਹੈ ਤੇ ਅਸੀਂ ਉੱਥੇ ਤੁਰੰਤ ਉਹਦਾ ਰੈਮੀਡੀਅਲ ਮੀਅਰ ਵੀ ਲੈਣੇ ਹਨ ਪੰਜਾਬ ਦੇ ਸਕੂਲਾਂ ਦੇ ਹੁਣ ਤੁਸੀਂ ਸੋਚੋਗੇ ਸ਼ਾਇਦ ਤੁਹਾਡੇ ਸਕੂਲਾਂ 'ਚ ਵੀ ਸਾਡੀ ਲੈਬਸ ਜਾਂਦੀਆਂ ਉਹਨਾਂ ਦੇ ਪਾਣੀ ਦੇ ਸੈਂਪਲ ਟੈਸਟ ਕਰਕੇ ਆਉਂਦੀ ਹੈ ਤੇ ਅਸੀਂ ਇਹਨਾਂ ਦੀ ਰਿਪੋਰਟ ਵੀ ਆਨਲਾਈਨ ਚੜਾ ਦਿੰਦੇ ਹੁੰਨੇ ਆ ਤੇ ਇੱਥੇ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਮਜ਼ੇਦਾਰ ਗੱਲ ਇਹ ਵੀ ਦੱਸਾਂਗੀ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀਜ਼ ਦੇ ਵਿੱਚ ਕਿ ਅਸੀਂ ਜੁਲਾਈ 2024 ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਤਾਂ ਸਾਡੀਆਂ ਜਿਹੜੀਆਂ ਲੈਬਾਰਟਰੀਆਂ ਸੀਗੀਆਂ ਪ੍ਰਭਾਵਿਤ ਇਲਾਕਿਆਂ ਵਿੱਚ ਗਈਆਂ ਤੇ ਉੱਥੋਂ ਦੇ ਪਾਣੀ ਦੇ ਸੈਂਪਲ ਟੈਸਟ ਕੀਤੇ ਮੌਕੇ ਤੇ ਪਿੰਡ ਵਾਸੀਆਂ ਨੂੰ ਸ਼ੁੱਧ ਅਤੇ ਸਾਫ਼ ਪਾਣੀ ਪੀਣ ਯੋਗ ਮਹਿਆ ਕਰਾਉਣ ਲਈ ਟੁਕਵੀਂ ਕਾਰਵਾਈ ਵੀ ਕੀਤੀ ਤੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਤੇ ਇਹਨਾਂ ਦੇ ਥਰੂ ਵੀ ਅਸੀਂ ਤੁਰੰਤ ਹੀ ਕਹਿ ਲੋ ਕਿ 24 ਘੰਟੇ ਦੇ ਅੰਦਰ ਅੰਦਰ ਪਾਣੀ ਦੇ ਸੈਂਪਲ ਟੈਸਟ ਕਰਕੇ ਰਿਪੋਰਟਾਂ ਵੀ ਦਿੱਤੀਆਂ ਤੇ ਸ਼ੁੱਧ ਪਾਣੀ ਪਵਾਉਣ ਲਈ ਜਿੰਨੇ ਉਪਰਾਲੇ ਕਰ ਸਕਦੇ ਸੀ ਮਹਿਕਮੇ ਨੇ ਉਹਦੇ ਕੀਤੇ ਇਹ ਦੇਖੋ ਤੁਸੀਂ ਤੁਹਾਨੂੰ ਮੈਂ ਥੋੜੀ ਜਿਹੀ ਪਿਕਚਰਸ ਤੇ ਨਾਲ ਸਾਂਝੀਆਂ ਕਰ ਰਹੀ ਹਾਂ ਮੋਬਾਈਲ ਵਾਟਰ ਟੈਸਟਿੰਗ ਲੈਬਾਰਟਰੀਜ਼ ਦੀਆਂ ਇਹ ਤੁਹਾਡੇ ਪਿੰਡਾਂ ਵਿੱਚ ਵੀ ਆਈਆਂ ਹੋਣੀਆਂ ਕਈ ਬੱਚਿਆਂ ਨੇ ਦੇਖੀ ਵੀ ਹੋਣੀ ਤੇ ਇਹਦੇ ਅੰਦਰ ਹੀ ਇਨ ਬਿਲਟ ਸਿਸਟਮ ਹੈ ਜਿਹਦੇ ਨਾਲ ਆਪਾਂ ਪਾਣੀ ਦੇ ਸੈਂਪਲ ਟੈਸਟ ਵੀ ਕਰਦੇ ਆ ਫਿਰ ਅਸੀਂ ਉਹਨਾਂ ਪਾਣੀ ਦੇ ਸੈਂਪਲਾਂ ਦੀ ਕਲੈਕਸ਼ਨ ਵੀ ਕਰਕੇ ਲਿਆਣੇ ਆ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਸਾਡੇ ਵਿਭਾਗ ਵੱਲੋਂ ਜਿਹੜੀ ਸਥਾਪਿਤ ਕੀਤੀਆਂ ਲੈਬਾਰਟਰੀਆਂ ਰਾਹੀਂ ਟੈਸਟਿੰਗ ਜਿਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਇਹ ਤੁਸੀਂ ਸਲਾਈਡਸ 'ਚ ਵੀ ਦੇਖ ਸਕਦੇ ਹੋ ਕਿ ਸਾਡੀਆਂ 31 ਲੈਬਾਰਟਰੀਆਂ ਹਨ ਤਿੰਨ ਟਾਇਰ ਸਟਰਕਚਰ ਦੀਆਂ ਜਿਦੇ ਵਿੱਚ ਸਾਡੀਆਂ ਇੱਕ ਸਟੇਟ ਲੈਬ ਹੈ ਮੋਹਾਲੀ ਵਿੱਚ 6 ਰੀਜਨਲ ਲੈਬ ਹੈਗੀਆਂ ਬੱਚਿਓ ਨੋਟ ਕਰ ਲਿਓ ਮੁੱਗੇਚ ਹੈ ਸੰਗਰੂਰ ਹੈ ਹੁਸ਼ਿਆਰਪੁਰ ਹੈ ਮੋਹਾਲੀ ਹੈ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਇਸ ਦਾ ਲੈਬਸ ਦੇ ਅੰਦਰ ਸਾਡੇ ਹੋਰ ਸਬ ਯੂਨਿਟਸ ਹੈਗੇ ਆ ਜਿਦੇ ਵੀ ਸਾਡੀਆਂ ਡਿਸਟ੍ਰਿਕਟ ਹੈ ਤੇ ਸਬ ਡਿਸਟ੍ਰਿਕਟ ਲੈਬਾਰਟਰੀਜ਼ ਹੈ ਤੁਸੀਂ ਇਹ ਮੰਨ ਕੇ ਚੱਲੋ ਕਿ ਹਰ ਡਿਸਟ੍ਰਿਕਟ ਦੇ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਇੱਕ ਲੈਬਾਰਟਰੀ ਮੌਜੂਦ ਹੈ ਇਹ ਲੈਬਾਰਟਰੀਆਂ ਸਾਡੀਆਂ ਐਨਏਬੀ ਐਕ੍ਰੀਗੇਟਿਡ ਵੀ ਹੈ ਤੁਸੀਂ ਇਹਨਾਂ ਲੈਬਾਰਟਰੀਆਂ ਦੇ ਆਪਣੇ ਸਕੂਲ ਦੇ ਥਰੂ ਵੀ ਪ੍ਰਿੰਸੀਪਲਸ ਦੇ ਥਰੂ ਵੀ ਆਪਣੇ ਸਕੂਲਾਂ ਦੇ ਪਾਣੀ ਦੇ ਸੈਂਪਲ ਐਨਏਬੀ ਐਕ੍ਰੀਗੇਟਿਡ ਲੈਬਸ ਤੋਂ ਵੀ ਟੈਸਟ ਕਰਵਾ ਸਕਦੇ ਹੋ ਕਿਉਂਕਿ ਤੁਹਾਨੂੰ ਇਹਦੇ ਵਿੱਚ ਖੁਦ ਇਨੀਸ਼ੀਏਟ ਕਰਨਾ ਚਾਹੀਦਾ ਹੈ ਮਹਿਕਮੇ ਨਾਲ ਜੁੜਨ ਲਈ ਇਹ ਕੁਝ ਲੈਬਸ ਆ ਤੁਹਾਨੂੰ ਇਹ ਜਿਹੜੀ ਸਾਨੂੰ ਲੈਬਸ ਅਸੀਂ ਆ ਇਹਨਾਂ ਵਿੱਚ ਕਿਸ ਤਰ੍ਹਾਂ ਦੇ ਪੈਰਾਮੀਟਰਸ ਟੈਸਟ ਹੁੰਦੇ ਹਨ ਇਹ ਉਹ ਸਾਰੇ ਤੁਹਾਨੂੰ ਦੱਸੇ ਆ ਬੇਸਿਕ ਪੈਰਾਮੀਟਰ ਹੁੰਦੇ ਹਨ ਏਰੀਆ ਸਪੈਸੀਫਿਕ ਹੋਗੇ ਹੈਵੀ ਮੈਟਰਸ ਹੁੰਦੇ ਆ ਤੇ ਬੈਕਟਰੋਲੋਜੀਕਲ ਪੈਰਾਮੀਟਰਸ ਹੁੰਦੇ ਆ ਇਹ ਸਾਡੀ ਕੁਆਲਿਟੀ ਹੈ ਇਹ ਬੱਚਿਓ ਜਿਹੜੇ ਸਾਡੇ ਪਿੰਡ ਜਿਹੜੇ ਵੀ ਅਫੈਕਟਡ ਸੀ ਅਸੀਂ ਆਲਮੋਸਟ 1361 ਪਿੰਡ ਨੂੰ ਕਵਰ ਕਰ ਲਿਆ ਤੇ 20 ਪਿੰਡਾਂ ਦਾ ਪ੍ਰੋਪੋਜ਼ਲ ਤਜਵੀਜ਼ ਅੰਦਰ ਹੈ ਤੇ ਉਹ ਵੀ ਅਸੀਂ ਜਲਦੀ ਤੋਂ ਜਲਦੀ ਕਵਰ ਕਰ ਲਵਾਂਗੇ ਇਹ ਅਸੀਂ ਮਿਟੀਗੇਸ਼ਨ ਮਈਅਰਸ ਹੈ ਜਿਦੇ ਵਿੱਚ ਅਸੀਂ ਕਿਸ ਤਰ੍ਹਾਂ ਮਹਿਕਮੇ ਦੇ ਵਿੱਚ ਜੇ ਕੋਈ ਰੈਮੈਡੀਅਲ ਮਈਅਰ ਦੀ ਲੋੜ ਹੈ ਕੁਆਲਿਟੀ ਪਿੰਡਾਂ ਦੀ ਖਰਾਬ ਆ ਜਾਏ ਪਿੰਡਾਂ ਚ ਕਿਸੇ ਤਾਂ ਤਾਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਕਿਸ ਤਰ੍ਹਾਂ ਉਹਨਾਂ ਦੇ ਟ੍ਰੀਟਮੈਂਟ ਕੀਤੇ ਜਾਂਦੇ ਆ ਉਹਦੇ ਬਾਰੇ ਦੱਸਿਆ ਜਿਦੇ ਵਿੱਚ ਦੋ ਤਰ੍ਹਾਂ ਦੇ ਤਰੀਕੇ ਹਨ ਇੱਕ ਸ਼ਾਰਟ ਟਰਮ ਹੈ ਇੱਕ ਲੌਂਗ ਟਰਮ ਸ਼ਾਰਟ ਟਰਮ ਨੂੰ ਸਮਝੋ ਕਿ ਤੁਸੀਂ ਜਿਦੇ ਵਿੱਚ ਅਸੀਂ ਡ੍ਰਿੰਕਿੰਗ ਵਾਟਰ ਤੇ ਕੁਕਿੰਗ ਦੇ ਲਈ ਪਾਣੀ ਤੁਹਾਨੂੰ ਮੁਹੱਈਆ ਕਰਾਣੇ ਆ ਲੌਂਗ ਟਰਮ ਦੇ ਵਿੱਚ ਕੀ ਹੁੰਦਾ ਤੁਹਾਡੇ ਤੁਸੀਂ ਪਿੰਨਾਂ ਚ ਵੀ ਦੇਖਿਆ ਹੋਣਾ ਆਪਣੇ ਸ਼ਹਿਰਾਂ ਚ ਵੀ ਦੇਖਿਆ ਹੋਣਾ ਕਨਾਲ ਵਾਟਰ ਸਪਲਾਈ ਸਕੀਮਸ ਹੁੰਦੀਆਂ ਨੇਹਰੀ ਪਾਣੀ ਤੇ ਆਧਾਰਿਤ ਸਕੀਮਾਂ ਉਹਦੇ ਥਰੂ ਤੁਹਾਨੂੰ 24 ਘੰਟੇ ਅਸੀਂ ਸਾਫ਼ ਸੁੱਤਰਾਂ 70 ਲਪੀਸੀਡੀ ਤੇ ਪਾਣੀ ਮੁਹੱਈਆ ਕਰਵਾਨੇ ਆ ਇਹ ਕੁਝ ਭਾਰੀ ਤਾਤਾਂ ਹੈਗੀਆਂ ਮੈਂ ਸਮੇਂ ਵੀ ਘਟ ਰਿਹਾ ਤੇ ਮੈਂ ਤੁਹਾਨੂੰ ਥੋੜਾ ਜਲਦੀ ਚ ਦੱਸਾਂਗੀ ਆਰਸੈਨਿਕ ਜਿਹੜਾ ਹੈ ਇਹ ਬਹੁਤ ਹੀ ਜ਼ਿਆਦਾ ਮਾਤਰਾ 'ਚ ਸਾਨੂੰ ਮਿਲਦਾ ਹੈ ਇਹਦੇ ਮੁੱਖ ਲੱਛਣ ਤੁਸੀਂ ਦੇਖ ਲਓ ਮਨੁੱਖ ਦੀ ਛਾਤੀ ਗਰਦਨ ਉੱਤੇ ਛੋਟੇ-ਛੋਟੇ ਕਾਲੇ ਤੱਬੇ ਪੈ ਜਾਂਦੇ ਆ ਮੈਂ ਤੁਹਾਨੂੰ ਅੱਗੇ ਪਿਕਚਰਸ ਵੀ ਦਿਖਾਨੀਆਂ ਲਗਾਤਾਰ ਬਹੁਤ ਵੱਧ ਮਾਤਰਾ ਵਿੱਚ ਆਰਸੈਨਿਕ ਮਿਲਿਆ ਪਾਣੀ ਪੀਣ ਨਾਲ ਹੱਥਾਂ ਅਤੇ ਪੈਰਾਂ ਦੀ ਚਮੜੀ ਦੇ ਜ਼ਖਮ ਹੋ ਜਾਂਦੇ ਹਨ ਜਿਸ ਨੂੰ ਕ੍ਰਾਇਓਟਿਸਿਸ ਕਿਹਾ ਜਾਂਦਾ ਹੈ ਹੱਥਾਂ ਅਤੇ ਪੈਰਾਂ ਦੇ ਕੰਡਿਆਂ ਵਰਗੇ ਤਿੱਖੇ-ਤਿੱਖੇ ਜ਼ਖਮ ਹੋ ਜਾਂਦੇ ਹਨ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ ਆਰਸੈਨਿਕ ਨੂੰ ਬੜੇ ਧਿਆਨ ਨਾਲ ਤੁਸੀਂ ਦੇਖੋ ਇਹ ਡਿਸਟ੍ਰਿਕਟਸ ਹੈ ਜਿਨ੍ਹਾਂ ਦੇ ਵਿੱਚ ਸਾਨੂੰ ਆਰਸੈਨਿਕ ਜਿਹ ਪਿੰਡਾਂ ਵਿੱਚ ਪਾਇਆ ਗਿਆ ਹੈ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਰੋਪੜ ਪਟਿਆਲਾ ਫਿਰੋਜ਼ਪੁਰ ਫਾਜ਼ਿਲਕਾ ਤੇ ਫਰੀਦਕੋਟ ਦੇ ਵਿੱਚ ਅਸੀਂ ਆ ਦੇਖੋ ਤੁਸੀਂ ਬੱਚੇ ਦੇਖ ਸਕਦੇ ਹੋਏ ਫੋਟੋਸ ਤੁਸੀਂ ਕਿਸ ਤਰ੍ਹਾਂ ਤੱਬੇ ਪੈ ਰਹੇ ਇਹ ਸਾਰਾ ਆਰਸੈਨਿਕ ਜਿਹੜਾ ਹੈ ਇਹ ਆਰਸੈਨਿਕ ਦਾ ਚਮੜੀ ਤੇ ਕੈਂਸਰ ਦਿਖਾਇਆ ਗਿਆ ਹੈ ਆਰਸੈਨਿਕ ਦੇ ਹੋਂਦ ਦੇ ਨਿਪਟੇ ਜਿਹੜੇ ਆ ਆਰਸੈਨਿਕ ਹੈ ਇਹਦੇ ਲਈ ਮਹਿਕਮਾ ਹਮੇਸ਼ਾ ਤਤਪਰ ਰਹਿੰਦਾ ਹੈ ਇਹਨਾਂ ਨੇ ਟ੍ਰੀਟਮੈਂਟਸ ਕੀਤੇ ਕਿ ਕੀ ਕੀਤੇ ਅਸੀਂ ਸ਼ਾਰਟ ਟਰਮ ਚ ਹਾਊਸਹੋਲਡ ਪਿਉਰੀਫਾਇਰ ਘਰ ਘਰ ਦੇ ਵਿੱਚ ਹਾਊਸਹੋਲਡ ਪਿਉਰੀਫਾਇਰ ਜਿਵੇਂ ਤੁਸੀਂ ਦੇਖਿਆ ਤੁਹਾਡੇ ਘਰ ਫਿਲਟਰਸ ਲੱਗੇ ਹੁੰਦੇ ਆ ਉਸੇ ਤਰ੍ਹਾਂ ਦੇ ਫਿਲਟਰਸ ਅਸੀਂ ਘਰ-ਘਰ ਮੁਹੱਈਆ ਕਰਾਏ ਕਿ ਜਿਨ੍ਹਾਂ ਦੇ ਵਿੱਚ ਅਸੀਂ ਇਹਨੂੰ ਐਬਸਾਰਪਸ਼ਨ ਬੇਸ ਤੇ ਤੁਹਾਨੂੰ ਕਰਾਏ ਜਿਹਦੇ ਨਾਲ ਅਸੀਂ ਆਰਸੈਨਿਕ ਰਿਮੂਵ ਕਰ ਸਕਦੇ ਆ ਇਸੇ ਤਰ੍ਹਾਂ ਅਸੀਂ ਸੀ ਡਬਲਯੂ ਪੀ ਪੀ ਪਲਾਂਟਸ ਲਾਇਆ ਕਮਿਊਨਿਟੀ ਵਾਟਰ ਪਿਉਰੀਫਿਕੇਸ਼ਨ ਪਲਾਂਟਸ ਇਹ ਤੁਹਾਡੇ ਪਿੰਡਾਂ ਵਿੱਚ ਤੁਸੀਂ ਨੀਲੇ-ਨੀਲੇ ਜਿਹਾ ਇੱਕ ਬਣੇ ਜਾਲੀਦਾਰ ਦੇਖੇ ਹੋਣਗੇ ਉਹਦੇ ਵਿੱਚ ਇਹਦੇ ਪਲਾਂਟਸ ਲੱਗੇ ਹੋਏ ਜਿਹਦੇ ਨਾਲ ਅਸੀਂ ਪਾਣੀ ਜਿਹੜਾ 8 ਐਲਪੈਸਿਟੀ ਸਾਨੂੰ ਸਾਫ਼ ਸੱਤੇ ਸ਼ੁੱਧ ਮੁਹੱਈਆ ਕਰਾਣੇ ਆ ਉਸ ਤੋਂ ਇਲਾਵਾ ਮੈਂ ਦੱਸਾਂਗੀ ਆਰਸੈਨਿਕ ਰਿਮੂਵਲ ਪਲਾਂਟਸ ਵੱਡੇ-ਵੱਡੇ ਲਾਏ ਆ ਜਿਹੜੇ ਕਿ ਲੌਂਗ ਟਰਮ ਮੈਅਰ ਦੇ ਵਿੱਚ ਆਉਂਦੇ ਆ ਇਹ ਜਿਹੜਾ ਸਾਰਿਆਂ ਨੇ ਦੇਖਿਆ ਉਹਨੇ ਅੰਮ੍ਰਿਤਸਰ ਸਾਈਡ ਅਸੀਂ ਬਹੁਤ ਸਾਰੇ ਲਾਏ ਆ ਅੰਮ੍ਰਿਤਸਰ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਜ਼ਰੂਰ ਇਹ ਦੇਖੇ ਹੋਣਗੇ ਫਿਰ ਸਾਡੇ ਸਰਫੇਸ ਵਾਟਰ ਪ੍ਰੋਜੈਕਟਸ ਹੈਗੇ ਆ ਅਸੀਂ ਇੱਥੇ 7 ਸਰਫੇਸ ਪ੍ਰੋਜੈਕਟ ਪੂਰੇ ਪੰਜਾਬ ਚ ਚਲਾ ਰਹੇ ਆ ਤੇ ਹੋ ਸਕ ਔਰ ਉਮੀਦ ਕਰਦੀ ਆ ਕਿ ਜਿਹੜਾ ਇਹ ਪ੍ਰੋਜੈਕਟ ਹੈਗਾ 2024 ਦੇ ਵਿੱਚ ਆਪਣੇ ਇਸ ਸਾਲ ਮੁਕੰਮਲ ਹੋ ਜਾਏਗਾ ਜਿਸ ਨਾਲ 612 ਪਿੰਡਾਂ ਨੂੰ ਸ਼ੁੱਧ ਪਾਣੀ ਮੁਹੱਈਆ ਕੀਤਾ ਜਾਏਗਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਯੂਰੇਨੀਅਮ ਬਾਰੇ ਦੱਸਾਂਗੀ ਯੂਰੇਨੀਅਮ ਦੀ ਇਹ ਲਿਮਿਟਸ ਹੈਗੀਆਂ ਤੁਸੀਂ ਨੋਟ ਕਰ ਸਕਦੇ ਹੋ ਬੱਚਿਓ ਉਸ ਤੋਂ ਬਾਅਦ ਇਹ ਦੱਸਾਂਗੀ ਕਿ ਯੂਰੇਨੀਅਮ ਸਿਹਤ ਤੇ ਅਸਰ ਕੀ ਹੁੰਦਾ ਹੈ ਲੰਬੀ ਦੇਰ ਤੱਕ ਯੂਰੇਨੀਅਮ ਮਿਲੇ ਪਾਣੀ ਦੀ ਸੇਵਨ ਕਰਨ ਨਾਲ ਗੁਰਦਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਹੱਡੀਆਂ ਇਸ ਦਾ ਦੂਜਾ ਸ਼ਿਕਾਰ ਹੁੰਦੀਆਂ ਹਨ ਇਹ ਬੱਚਿਆਂ ਦੇ ਕੱਚੇ ਗੁਰਦਿਆਂ ਦੇ ਵਿਕਾਸ ਅਤੇ ਬਾਕੀ ਇੰਦਰੀ ਪ੍ਰਣਾਲੀਆਂ ਉੱਤੇ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ ਇਸ ਨੂੰ ਵੀ ਧਿਆਨ ਰੱਖੋ ਬੱਚਿਓ ਯੂਰੇਨੀਅਮ ਦਾ ਪ੍ਰਭਾਵਿਤ ਇਲਾਕੇ ਕਿਹੜੇ ਹਨ ਬਰਨਾਲਾ ਪਟਿਆਲਾ ਸੰਗਰੂਰ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਹੁਸ਼ਿਆਰਪੁਰ ਲੁਧਿਆਣਾ ਤੇ ਫਤਿਹਗੜ ਸਾਹਿਬ ਇਹਦੇ ਚ ਵੀ ਅਸੀਂ ਜਿਵੇਂ ਆਰਸੈਨਿਕ ਤੁਹਾਨੂੰ ਦਿਖਾਇਆ ਮੈਂ ਉਸੇ ਤਰ੍ਹਾਂ ਸੀ ਯੂਰੇਨੀਅਮ ਦੇ ਵੀ ਟ੍ਰੀਟਮੈਂਟ ਲੈ ਰਹੇ ਆ ਆਰਓ ਪਲਾਂਟ ਲਾ ਰਹੇ ਆ ਹਾਊਸਹੋਲਡ ਪਿਉਰੀਫਾਇਰ ਲਾ ਰਹੇ ਆ ਲੌਂਗ ਟਰਮ ਦੇ ਵਿੱਚ ਅਸੀਂ ਕੀ ਕਰ ਰਹੇ ਆ ਨਹਿਰੀ ਪਾਣੀ ਤੇ ਆਧਾਰਿਤ ਸਕੀਮਾਂ ਇਹ ਤੁਸੀਂ ਫਤਿਹਗੜ ਤੇ ਪਟਿਆਲਾ ਜ਼ਿਲ੍ਹੇ ਦੇ ਬੱਚੇ ਦੇਖ ਸਕਦੇ ਹਨ ਕਿ ਇਹਨਾਂ ਦੇ ਇੱਥੇ ਤਿੰਨ ਪ੍ਰੋਜੈਕਟਸ ਲੱਗ ਰਹੇ ਹਨ ਜਿਹਦੇ ਨਾਲ ਅਸੀਂ ਕਰ ਰਹੇ ਇਹਦੇ ਵਿੱਚ ਯੂਰੇਨੀਅਮ ਦਾ ਜਿਹੜਾ ਸੌਰੀ ਇਹ ਅਸੀਂ ਮੋਗੇ ਦੇ ਵਿੱਚ ਲਾਇਆ ਹੈ ਤੇ ਮੋਗੇ ਦੇ 85 ਪਿੰਡਾਂ ਦੇ ਵਿੱਚ ਸਰਫੇਸ ਵਾਟਰ ਪ੍ਰੋਜੈਕਟ ਅਸੀਂ ਲਾਇਆ ਹੈ ਜਿਹੜਾ ਕਿ ਕੰਪਲੀਟ ਹੋ ਚੁੱਕਿਆ ਹੈ ਤੇ ਇਹਨਾਂ ਨਾਲ 85 ਪਿੰਡਾਂ 'ਚ ਸ਼ੁੱਧ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਅਸੀਂ ਇਨਲਾਈਨ ਯੂਰੇਨੀਅਮ ਦਾ ਵੀ ਲਾ ਰਹੇ ਹਾਂ ਉਹਦੀ ਵੀ ਪ੍ਰੋਪੋਜ਼ਲ ਰੈਡੀ ਹੈ ਜਿਹਦੇ ਨਾਲ ਕਿ ਅਸੀਂ 70 ਐਲਪੀਸੀਡੀ ਤੱਕ ਤੁਹਾਨੂੰ ਪਾਣੀ ਮੁਹੱਈਆ ਕਰਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਹਾਊਸਹੋਲਡ ਪਿਉਰੀਫਾਇਰ ਹੈ ਇਹ ਤੁਹਾਡੇ ਪਿੰਡਾਂ 'ਚ ਆਰਓ ਪਲਾਂਟਸ ਲੱਗੇ ਹੋਣਗੇ ਉਸੀ ਤਰ੍ਹਾਂ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਫਲੋਰਾਈਡ ਬਾਰੇ ਵੀ ਦੱਸਾਂਗੀ ਫਲੋਰਾਈਡ ਦਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੈਂ ਥੋੜੀ ਜਿਹੀ ਅੱਗੇ ਜਾ ਕੇ ਤੁਹਾਨੂੰ ਐਕਸਪਲੇਨ ਕਰਾਂਗੀ ਇਹ ਮੈਂ ਤੁਹਾਨੂੰ ਪਹਿਲਾਂ ਆਲਰੇਡੀ ਐਕਸਪਲੇਨ ਕਰ ਦਿੱਤਾ ਇਹਦਾ ਏਰੀਆ ਕੀ ਹੈ ਜਿਹੜੇ ਜਿੱਥੇ ਆਪਾਂ ਨੂੰ ਫਲੋਰਾਈਡ ਮਿਲ ਰਿਹਾ ਪਟਿਆਲਾ ਸੰਗਰੂਰ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਹਾਲੀ ਤਰਨਤਾਰਨ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਫਲੋਰਾਈਡ ਆ ਰਿਹਾ ਤੇ ਇਹਦੇ ਵੀ ਵੀ ਸ਼ਾਰਟ ਟਰਮ ਤੇ ਲੌਂਗ ਟਰਮ ਮੀਅਰਸ ਹੈ ਸ਼ਾਰਟ ਟਰਮ ਦੇ ਵਿੱਚ ਕੀ ਹੈ ਅਸੀਂ ਆਰਓ ਲਾ ਰਹੇ ਹਾਂ ਸੀਡਬਲਯੂਪੀਪੀ ਲ ਲੌਂਗ ਟਰਮ ਦੇ ਵਿੱਚ ਮੈਂ ਇੱਥੇ ਦੱਸਣਾ ਚਾਹਾਂਗੀ ਇੱਥੇ ਅਸੀਂ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਤਿੰਨ ਸਰਫੇਸ ਪ੍ਰੋਜੈਕਟ ਲਾ ਰਹੇ ਹਾਂ ਜੋ ਕਿ ਆਲਮੋਸਟ 90% ਕੰਪਲੀਟ ਹਨ ਤੇ ਇਸ ਮਾਰਚ 2024 ਤੱਕ ਮੁਕੰਮਲ ਹੋਣ ਦੀ ਆਸ ਹੈ ਜਿਸ ਦੇ ਨਾਲ ਆਪਾਂ 70 ਐਲਪੀਸੀਡੀ ਤੇ ਪਾਣੀ ਮੁਹਈਆ ਤੁਹਾਨੂੰ ਕਰਾਵਾਂਗੇ ਇਹ ਕੁਝ ਗਲਿਮਸ ਹੈ ਜਿਹੜੀ ਤੁਹਾਡਾ ਹੁਣ ਪ੍ਰੋਜੈਕਟ ਬਣ ਰਿਹਾ ਪਾਵਰਾ ਪ੍ਰੋਜੈਕਟ ਬਣ ਰਿਹਾ ਉਹਦੀ ਗਲਿਮਸ ਹੈ ਇਹ ਫੋਟੋਗ੍ਰਾਫਸ ਨੇ ਜਿੱਚ ਤੁਸੀਂ ਸੀਡਬਲਯੂਪੀਪੀ ਆਰਓ ਸਾਰੇ ਦੇਖ ਸਕਦੇ ਹੋ ਇੱਥੇ ਤੁਹਾਡਾ ਕੁਝ ਹੋਰ ਪਾਰਿਤਾਤਾ ਹੈਗੀਆਂ ਸਮਾ ਘਟ ਹੈ ਚਲੋ ਤੁਹਾਨੂੰ ਮੈਂ ਨਹੀਂ ਦੱਸ ਪਾਵਾਂਗੀ ਕੈਡਮੀਅਮ ਸਲੇਨੀਅਮ ਇਹ ਵੀ ਅਸੀਂ ਸਾਰੇ ਸਾਰੇ ਅਸੀਂ ਟੈਸਟ ਕਰਦੇ ਆ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਦਿਖਾਵਾਂਗੀ ਤੁਹਾਡੇ ਸਕੂਲ ਹੈ ਇਹ ਸਕੂਲਾਂ ਦੇ ਵਿੱਚ ਵੀ ਅਸੀਂ ਕੈਮੀਕਲ ਅਤੇ ਬੈਕਟਰੋਲੋਜੀਕਲ ਜਿਹੜੀ ਟੈਸਟਿੰਗ ਕਰਦੇ ਆ ਤੁਹਾਡੇ ਸਕੂਲਾਂ ਦੇ ਅਸੀਂ ਸੈਂਪਲ ਟੈਸਟ ਕਰਵਾਏ ਆ ਔਰ ਆਲਮੋਸਟ ਸਾਡੇ ਤੁਹਾਡੇ 98.76% ਅਸੀਂ ਪੂਰੇ ਪੰਜਾਬ ਦੇ ਸਕੂਲਾਂ ਦੇ ਸੈਂਪਲ ਟੈਸਟ ਕਰ ਚੁੱਕੇ ਆ ਤੇ ਜੇ ਤੁਸੀਂ ਰਿਪੋਰਟਸ ਵੀ ਦੇਖਣੀ ਹੈ ਸਾਡੀਆਂ ਲੈਬਾਰਟਰੀਸ ਵੀ ਦੇਖ ਸਕਦੇ ਹੋ ਔਨਲਾਈਨ ਪੋਰਟਲ ਹੈ ਜੀ ਜੀਐਮ ਦੇ ਜਲ ਜੀਵਨ ਮਿਸ਼ਨ ਦਾ ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਗੱਲਾਂ ਜੋ ਸਾਂਝੀਆਂ ਕਰਨ ਯੋਗ ਹੈ ਕਿ ਬੱਚਿਓ ਇਸ ਗੱਲ ਦਾ ਧਿਆਨ ਰੱਖੋ ਇਹ ਗੱਲਾਂ ਹੋ ਗਈਆਂ ਟੈਸਟਿੰਗ ਦੀਆਂ ਬਿਮਾਰੀਆਂ ਦੀਆਂ ਪਰ ਇਹ ਜਿਹੜੀ ਗੱਲ ਤੁਹਾਨੂੰ ਦੱਸ ਰਹੀ ਆ 2 ਮਿੰਟ ਲਵਾਂਗੀ ਇਹ ਗੱਲਾਂ ਤੁਸੀਂ ਆਪਣੇ ਧਿਆਨ 'ਚ ਰੱਖੋ ਇਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਤੁਸੀਂ ਆਪਣੇ ਆਪ ਦੀ ਸਿਹਤ ਤੇ ਵੀ ਧਿਆਨ ਰੱਖੋਗੇ ਤੇ ਆਪਣਾ ਪਾਣੀ ਔਰ ਆਪਣੇ ਆਪ ਸਿਹਤ ਤੇ ਤੇ ਆਪਣੀ ਫੈਮਲੀ ਦਾ ਵੀ ਧਿਆਨ ਰੱਖ ਸਕਦੇ ਹੋ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੋ ਪਿੰਡਾਂ ਵੀ ਜਲ ਸਪਲਾਈ ਪ੍ਰੈਜੈਂਟੇਸ਼ਨ ਵਿਭਾਗ ਵੱਲੋਂ ਪਾਈਪਾਂ ਰਾਹੀਂ ਮੁਹੱਈਆ ਕਰਾਇਆ ਜਾ ਰਹੇ ਕਲੋਰੀਨੇਟਿਡ ਪਾਣੀ ਦਾ ਹੀ ਇਸਤੇਮਾਲ ਕਰੋ ਪੀਲੇ ਸਾ ਪਾਣੀ ਦੀ ਵਰਤੋਂ ਕਰੋ ਪਾਣੀ ਵਾਲੇ ਪਾਂਡੇ ਨੂੰ ਹਮੇਸ਼ਾ ਟੱਕ ਕੇ ਰੱਖੋ ਅਤੇ ਪਾਣੀ ਡੰਡੇ ਵਾਲੇ ਪਾਂਡੇ ਨਾਲ ਹੀ ਕੱਢਿਆ ਜਾਵੇ ਪਾਣੀ ਦੇ ਸੋਮਿਆਂ ਨੂੰ ਸਾਫ਼ ਰੱਖੋ ਉਹਨਾਂ ਦੇ ਨੇੜੇ ਮਲ ਮੂਤਰ ਜਾਂ ਗੰਦਗੀ ਨਹੀਂ ਫਿਲਾਨੀ ਚਾਹੀਦੀ ਤੇ ਇਹ ਮਨੁੱਖੀ ਜੀਵਾਂ ਦੇ ਉਪਰੋਲੇ ਫਲ ਇਹ ਜੇ ਖਾਓ ਸਿਟਰਿਕ ਫਲ ਖਾਓ ਸਿਟਰਿਕ ਜੇ ਹੋ ਗਿਆ ਤੁਹਾਡੇ ਨਿੰਬੂ ਸੰਤਰਾ ਅੰਗੂਰ ਇਹਨਾਂ ਦਾ ਜਿਹੜਾ ਹੈ ਸੇਵਨ ਜ਼ਿਆਦਾ ਕਰੋ ਲਸਣ ਦਾ ਪ੍ਰਯੋਗ ਕਰੋ ਜਿਹਦੇ ਨਾਲ ਧਾਤੂ ਜ਼ਹਿਰੀਲਾ ਪਾ ਜਿਹੜਾ ਹੈ ਬਾਡੀ ਦੇ ਅੰਦਰੋਂ ਖਤਮ ਹੁੰਦਾ ਹੈ ਤੇ ਇਸ ਲਾਸਟ ਚੀਜ਼ ਦੱਸਾਂਗੀ ਕਿ ਸਾਨੂੰ ਸਾਫ਼ ਅਤੇ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ ਪਾਣੀ ਵਿੱਚ ਕਿਸੇ ਤਰ੍ਹਾਂ ਦੇ ਹਾਨੀਕਾਰਕ ਜੀਵਾਣੂ ਨਹੀਂ ਹੋਣੇ ਚਾਹੀਦੇ ਪਾਣੀ ਵਿੱਚ ਲੋੜ ਤੋਂ ਵੱਧ ਰਸਾਇਣਿਕ ਪਦਾਰਥ ਨਹੀਂ ਹੋਣੇ ਚਾਹੀਦੇ ਪਾਣੀ ਦਾ ਸੁਆਦ ਠੀਕ ਹੋਣਾ ਚਾਹੀਦਾ ਹੈ ਪਾਣੀ ਰੰਗਹੀਨ ਅਤੇ ਬਿਨਾ ਬਦਬੂਦਾਰ ਹੋਣਾ ਚਾਹੀਦਾ ਹੈ ਸੋ ਬੱਚੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਜਿਹੜੇ ਮੈਂ ਤੁਹਾਨੂੰ ਉਹਦਾ ਵਿਚਾਰ ਸਾਂਝੇ ਕੀਤੇ ਹਨ ਤੁਹਾਨੂੰ ਇਹਦਾ ਕੁਝ ਨਾ ਕੁਝ ਫਾਇਦਾ ਹੋਏਗਾ ਤੇ ਤੁਸੀਂ ਕੁਝ ਨਾ ਕੁਝ ਆਪਣੇ ਘਰ ਜਾ ਕੇ ਆਪਣੇ ਪੇਰੈਂਟਸ ਨਾਲ ਡਿਸਕਸ ਕਰੋਗੇ ਔਰ ਕੁਝ ਗੱਲਾਂ ਨੂੰ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਵੀ ਬਿਠਾਓਗੇ ਤੇ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਸੈਂਪਲ ਜਲ ਸਪਲਾਈ ਐ ਸੈਨੀਟੇਸ਼ਨ ਵਿਭਾਗ ਦੀਆਂ ਲੈਬਾਰਟਰੀਜ਼ ਦੇ ਵਿੱਚ ਜਾਂ ਫੀਲਡ ਟੈਸਟ ਕਿਟ ਜਾਂ ਉਹ H2S ਵਾਇਲ ਜਰੂਰ ਜਰੂਰ ਟੈਸਟ ਕਰਾਓ ਤਾਂ ਕਿ ਤੁਸੀਂ ਸ਼ੁੱਧ ਅਤੇ ਸਾਫ਼ ਪਾਣੀ ਪੀਓ ਤੇ ਹਮੇਸ਼ਾ ਤੰਦਰੁਸਤ ਰਹੋ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ